आवाज़ कौम टीवी देख रहे सारे दर्शकों ने मेजर सिंह पंजाबी वालों प्यार भरी सत श्री अकाल वाहेगुरू जी का खालसा वाहेगुरू जी की फतेह। अज असी गल करांगे पंजाब दे हालातों बारे जो कि हमेशा असी रोज़ किसी ना किसी मुद्दे के उपर गल करते हैं। इस वक्त साढ़े नाल मौजूद ने सरदार मनजीत सिंह जी। तो मनजीत सिंह जी जो कि ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਰਹੇ ਨੇ ਅਤੇ ਲੰਮਾ ਸਮਾਂ ਉਹਨਾਂ ਨੇ ਜਿਹੜਾ ਕਿ ਆਪਣੇ ਕਾਰਜਕਾਰੀ ਕਰਨ ਤੋਂ ਬਾਅਦ ਵੱਖ ਸਿਆਸੀ ਪਾਰਟੀਆਂ 'ਚ ਵੀ ਗਏ ਨੇ ਅਤੇ ਹੁਣ ਜਿਹੜੇ ਆ ਤ੍ਰਿਣਾਮੂਲ ਕਾਂਗਰਸ ਦੇ ਵਿੱਚ ਸਟੇਟ ਪ੍ਰਧਾਨ ਨੇ ਪੰਜਾਬ ਦੇ। ਸੋ ਗੱਲ ਕਰਦੇ ਹਾਂ ਅਸੀਂ ਮਨਜੀਤ ਸਿੰਘ ਜੀ ਨਾਲ। ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਆਵਾਜ਼ ਕੌਮ ਟੈਲੀਵਿਜ਼ਨ ਦੇਖਦੇ ਸਮੂਹ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ ਜਿਵੇਂ ਕਿ ਤੁਸੀਂ ਲੰਮਾ ਸਮਾਂ ਜਿਹੜਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਕੰਮ ਕੀਤਾ, ਉਸ ਤੋਂ ਬਾਅਦ ਜਿਹੜੇ ਆ ਕੇ ਤੁਸੀਂ ਜਿਹੜਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿੱਚ ਵੀ ਗਏ ਹੋ, ਪਰ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਸ ਤਰ੍ਹਾਂ ਹੁਣ ਤੱਕ ਯਾਨੀ ਕਿ ਆਪਣੇ ਸੰਘਰਸ਼ ਟਾਈਮ ਤੋਂ ਲੈ ਕੇ ਅਤੇ ਹੁਣ ਤੱਕ ਦੇ ਟਾਈਮ ਤੱਕ ਤੁਸੀਂ ਜਿਹੜਾ ਕਿ 25-30 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਸ ਤਰ੍ਹਾਂ ਦੇਖਿਆ? ਇੱਕ ਸ਼ੇਅਰ ਸੀ, ਬਹੁਤ ਘਟੀਆ ਜਿਹਾ ਸ਼ੇਅਰ ਹੈ, ਪਰ ਉਹ ਵਰਤਣਾ ਪੈਂਦਾ, ਉਹ ਲੱਗਦਾ ਪੰਜਾਬ ਦੇ ਉੱਤੇ ਕਿ ਏਕ ਹੀ ਉੱਲੂ ਕਾਫੀ ਥਾ ਬਰਬਾਦੇ ਗੁਲਸਤਾਂ ਕਰਨੇ ਕੋ, ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜ਼ਾਮੇ ਗੁਲਸਤਾਂ ਕਿਆ ਹੋਗਾ। ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ, ਜੇ ਮੈਂ ਸਿੱਖ ਰਾਜਨੀਤਿਕ ਪਾਰਟੀਆਂ ਦੀਆਂ ਗੱਲ ਕਰਾਂ, ਪੰਜਾਬ ਦੀ ਗੱਲ ਕਰਾਂ, ਤਾਂ ਇਹਨਾਂ ਲੋਕਾਂ ਨੇ, ਪੰਜਾਬ ਦੇ ਲੋਕਾਂ, ਪੰਜਾਬ ਦੇ ਰਾਜਨੀਤਿਕ ਨੇਤਾਵਾਂ ਨੇ ਪੰਜਾਬ ਦੀ ਸਿੱਖਾਂ ਦੀ ਬਹੁਤ ਦੁਰਦਸ਼ਾ ਕਰ ਦਿੱਤੀ। ਕਿਸੇ ਨੇ ਘੁਮਾ ਭਗਾ ਭਜਾ ਕੇ ਮਾਰਤਾ, ਕਿਸੇ ਨੇ ਸਾਨੂੰ RSS ਦੇ ਅਧੀਨ ਕਰਤਾ, ਕਿਸੇ ਨੇ ਸਾਨੂੰ ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਝੂਠ ਬੋਲ ਦਿੱਤਾ। ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘਦੇ ਹੋਏ ਜੇ ਬਤੌਰ ਮੇਰੇ ਵਰਗੇ ਨੌਜਵਾਨ, ਮੇਰੇ ਵਰਗੇ ਬੰਦਿਆਂ ਦੀ ਗੱਲ ਕਰੋ, ਜਿਨ੍ਹਾਂ ਨੇ ਨੌਜਵਾਨੀ ਦੇ ਸਮੇਂ ਆਪਣਾ ਸਾਰਾ ਜੀਵਨ ਦਾ ਇੱਕ ਵੱਡਾ ਸੁਨਹਿਰੀ ਟਾਈਮ, ਜਿਹੜਾ ਪੜ੍ਹਨ ਲਿਖਣ ਦਾ ਟਾਈਮ ਸੀ, ਉਹ ਸੰਘਰਸ਼ ਦੇ ਵਿੱਚ ਲਗਾ ਦਿੱਤਾ, ਅਤੇ ਉਹਨਾਂ ਦੇ ਉੱਤੋਂ ਉਹਨਾਂ ਦੀ ਅਣਦੇਖੀ ਜਿਹੜੀ ਹੋਈ ਹੈ, ਉਹਨਾਂ ਦੀ ਅਣਦੇਖੀ ਜਿਹੜੀ ਕੀਤੀ ਗਈ ਹੈ। ਜੇ ਫੈਡਰੇਸ਼ਨ ਜਿਹੜੀ ਸੀ ਉਹ ਸਿੱਖ ਕੌਮ ਦਾ ਇੱਕ ਹਰਿਆਵਲ ਦਸਤਾ ਗਿਣਿਆ ਜਾਂਦਾ ਸੀ ਕਿ ਸਿੱਖ ਕੌਮ ਦੇ ਆਉਣ ਵਾਲੇ ਸੰਭਾਵੀ ਲੀਡਰ ਉਹ ਫੈਡਰੇਸ਼ਨ ਤਿਆਰ ਕਰਦੀ ਸੀ। ਪਰ ਜੇ ਮੈਂ ਗੱਲ ਕਰਾਂ ਅਕਾਲੀ ਦਲ ਦੀ, ਤਾਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ RSS ਦੇ ਨਾਲ ਇੱਕ ਹਿਡਨ ਐਗਰੀਮੈਂਟ ਸਾਈਨ ਕੀਤਾ। ਉਹ ਐਗਰੀਮੈਂਟ ਸਾਈਨ ਕਰਨ ਦੇ ਵਿੱਚ ਬਲਿਊ ਸਟਾਰ ਵੀ ਉਹਦੀ ਦੇਣ ਸੀ, ਅਤੇ ਉਸ ਤੋਂ ਬਾਅਦ ਫੈਡਰੇਸ਼ਨ ਨੂੰ ਖਤਮ ਕਰਨ ਲਈ, ਕਿਉਂਕਿ ਫੈਡਰੇਸ਼ਨ ਵਿੱਚੋਂ ਬੜੇ ਵਧੀਆ ਹਰਮਿੰਦਰ ਸਿੰਘ ਸੰਧੂ ਦੀ ਗੱਲ ਕਰਾਂ, ਜੇ ਮੈਂ ਹੋਰ ਗੱਲ ਕਰਾਂ, ਬੜੇ ਹੋਰ ਨੌਜਵਾਨ ਇਸ ਜਥੇਬੰਦੀ ਦੇ ਵਿੱਚੋਂ ਨਿਕਲ ਸਕਦੇ ਸੀ, ਜਿਹੜੇ ਕਿ ਸਿੱਖ ਕੌਮ ਨੂੰ ਬੜੀ ਸਹੀ ਦਸ਼ਾ ਅਤੇ ਦਿਸ਼ਾ ਦੇ ਸਕਦੇ ਸੀ। ਪਰ ਹੁਣ ਉਸ ਚੀਜ਼ ਨੂੰ ਖਤਮ ਕਰਨ ਲਈ ਅਤੇ ਭਾਈ ਭਤੀਜਾਵਾਦ ਨੂੰ ਪਾਲਣ ਲਈ, ਮੈਂ ਗੱਲ ਕਰਾਂ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕਰਨ ਲਈ, ਪਾਲਣ ਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ RSS ਦੇ ਨਾਲ ਇੱਕ ਸ਼ੇਕ ਹੈਂਡ ਕੀਤਾ, ਇੱਕ ਸੰਧੀ ਕੀਤੀ, ਲੁਕਵੀਂ ਸੰਧੀ ਕਰਕੇ ਉਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਫੈਡਰੇਸ਼ਨ ਨੂੰ ਖਤਮ ਕੀਤਾ, ਜਿਹੜੀ ਫੈਡਰੇਸ਼ਨ ਕਿਸੇ ਟਾਈਮ ਪੰਜਾਬ ਦੇ ਲੋਕਾਂ ਦੀ ਹਰ ਦਿਲ ਅਜੀਜ਼ ਬਣ ਚੁੱਕੀ ਸੀ, ਉਸ ਜਥੇਬੰਦੀ ਨੂੰ ਖਤਮ ਕਰਨ ਲਈ SOI ਵਰਗੀਆਂ ਲਿਆਂਦੀਆਂ ਗਈਆਂ ਜਥੇਬੰਦੀਆਂ, ਉਹ SOI ਲਿਆ ਕੇ ਉਹ ਪੰਜਾਬ ਦੀ ਸਾਰੀ ਮੰਡੀਰ ਸੀ ਜਿਹੜੀ ਨਸ਼ਾ, ਜਿਹੜੀ ਨੌਜਵਾਨੀ ਸੀ, ਮੈਂ ਸ਼ਬਦਾਂ ਲਈ ਖਿਮਾ ਮੰਗਦਾ ਮੰਡੀਰ ਸ਼ਬਦ ਲਈ, ਜਿਹੜੀ ਨੌਜਵਾਨੀ ਸੀ ਪੰਜਾਬ ਦੀ ਉਹਨੂੰ ਮੰਡੀਰ ਦੇ ਵਿੱਚ ਤਬਦੀਲ ਕਰ ਦਿੱਤਾ, ਕਿ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾਤਾ, ਆਓ ਜੀ ਤੁਸੀਂ ਅੱਜ SOI ਦੀ ਮੀਟਿੰਗਾਂ ਦੇ ਵਿੱਚ ਚੱਲੀਏ, ਉਹਦੇ 'ਚ ਦਾਰੂ ਦੀਆਂ ਬੋਤਲਾਂ, ਕੋਰੈਕਸ ਦੀਆਂ ਬੋਤਲਾਂ, ਦੂਜੀਆਂ ਤੀਜੀਆਂ ਨਸ਼ੇ, ਉਹ ਆਮ ਜਿਹੀ ਗੱਲ ਕਰ ਦਿੱਤੀ ਸੀ ਉਹਨਾਂ ਦੇ ਇਹਨਾਂ ਦੇ ਵਿੱਚ। ਅਤੇ ਉੱਥੋਂ ਨੌਜਵਾਨ ਥਿੜਕਦੇ ਫੈਡਰੇਸ਼ਨ ਦੇ ਕੋਲੋਂ ਬੇਮੁੱਖ ਹੋਣੇ ਲੱਗ ਗਏ, ਫੈਡਰੇਸ਼ਨ ਵਾਲੇ ਆਗੂਆਂ ਦੇ ਉੱਤੇ ਪਰਚੇ ਪਾਏ ਗਏ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਅਤੇ ਇੱਦਾਂ ਕਰਕੇ ਇਹਨਾਂ ਨੇ ਖੁਆਰੀ ਕੀਤੀ ਹੈ, ਅਤੇ ਉਹ ਖੁਆਰੀ ਦੇ ਵਿੱਚ ਅੱਜ ਪੰਜਾਬ ਦੀ ਜਿਹੜੀ ਹਾਲਤ ਹੈ, ਅੱਜ ਪੰਜਾਬ ਦੇ ਜੋ ਦੇਖੋ ਹਾਲਾਤ ਜਿਹੜੇ ਪੰਜਾਬ ਦੇ ਨੇ, ਉਹ ਇਹ ਨੇ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ
ਬਹੁਤ ਵੱਡਾ ਕਾਰ ਕਰ ਚੁੱਕੀ ਹੈ। ਉਸ ਬੇਰੁਜ਼ਗਾਰੀ ਨੂੰ ਹੱਲ ਕਰਨ ਦੇ ਕਰਨ ਦਾ ਉਪਰਾਲਾ ਕਰਨ ਦੀ ਬਜਾਏ ਇਹ ਰਾਜਨੀਤਿਕ ਜਿੰਨੇ ਵੀ ਪੋਲੀਟੀਕਲ ਨੇਤਾ ਨੇ, ਚਾਹੇ ਉਹ ਕਾਂਗਰਸ ਦੇ ਨੇ ਅਤੇ ਚਾਹੇ ਅਕਾਲੀ ਦਲ ਦੇ ਨੇ ਅਤੇ ਚਾਹੇ ਅਕਾਲੀ ਦਲ ਦੀਆਂ ਸੱਜੇ ਪੱਖੀਆਂ ਜਿਹੜੀਆਂ ਕੰਪਨੀਆਂ ਪਾਰਟੀਆਂ ਨੇ ਉਹਨਾਂ ਦੇ ਨੇ, ਇਹ ਸਾਰੇ ਇੱਕੋ ਹੀ ਥੈਲੀ ਦੇ ਚੱਟੇ ਪੱਟੇ ਨੇ। ਇਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਸੱਤਾ 'ਤੇ ਕਾਬਜ ਰਹੋ ਅਤੇ ਦੂਜੇ ਜਿਹੜੇ ਲੋਕ ਥੱਲੇ ਜਿਹੜੀ ਥੱਲੇ ਵਾਲੇ ਤਬਕੇ ਦੇ ਲੋਕ ਨੇ ਉਹ ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਉੱਪਰ ਨਾ ਆ ਸਕਣ। ਅਤੇ ਸਾਡਾ ਭਾਈ ਭਤੀਜਾ ਬਾਅਦ ਸਾਡਾ ਜਿਹੜਾ ਮੇਰੇ ਤੋਂ ਬਾਅਦ ਮੇਰਾ ਪੁੱਤ, ਉਹ ਤੋਂ ਬਾਅਦ ਉਹਦਾ ਪੁੱਤ, ਉਹ ਜਿਹੜਾ ਇਹਨਾਂ ਨੇ ਸਿਸਟਮ ਅਡੋਪਟ ਕੀਤਾ ਹੋਇਆ ਉਹ ਉਹਦੀ ਵਜ੍ਹਾ ਕਰਕੇ ਪੰਜਾਬ ਦੀ ਖੱਜਲ ਖੁਆਰੀ ਹੋ ਰਹੀ ਹੈ ਨੌਜਵਾਨਾਂ ਦੀ। ਤੁਸੀਂ ਇਹ ਗੱਲ ਕੀਤੀ ਹੈ ਕਿ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਤੀਜਾਵਾਦ, ਭਾਈ ਭਤੀਜਾਵਾਦ, ਕਾਂਗਰਸ ਵੱਲੋਂ ਵੀ ਹੈ ਅਤੇ ਇਹ, ਪਰ ਹੋਰ ਵੀ ਇੱਥੇ ਪਾਰਟੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰਾ ਦੱਸਦੇ ਨੇ ਅਤੇ ਉਹ ਪੰਜਾਬ ਦੇ ਲਈ ਕਿੱਦਾਂ ਲਾਹੇਵੰਦ ਨੇ, ਚਾਹੇ ਉਹ ਕਾਂਗਰਸ ਆ, ਚਾਹੇ ਆਮ ਆਦਮੀ ਪਾਰਟੀ ਆ, ਜਾਂ ਕੋਈ ਜਿਹੜੀਆਂ ਹੁਣ ਨਵੀਆਂ ਪਾਰਟੀਆਂ ਅਕਾਲੀ ਪਾਰਟੀਆਂ ਬਣਦੀਆਂ ਉਹ ਨਹੀਂ, ਅਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਦੇਖੋ, ਮੇਰੇ ਖਿਆਲ ਨਾਲ ਤਾਂ ਇਹ ਜਿਹੜੀਆਂ ਅਕਾਲੀ ਦਲ ਦੀਆਂ ਜਿਹੜੀਆਂ ਸ਼ਾਖਾਵਾਂ ਨੇ ਨਿਕਲੀਆਂ ਨੇ ਇਹ ਮੁੜ ਕੇ ਮੈਨੂੰ ਲੱਗਦਾ ਬਹੁਤ ਛੇਤੀ ਇਹ ਅਕਾਲੀ ਦਲ ਦੇ ਵਿੱਚ ਹੀ ਲੁਪਤ ਹੋ ਜਾਣਗੀਆਂ। ਅਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੇਜਰ ਸਿੰਘ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ 2016 ਦੇ ਵਿੱਚ 12 ਤੋਂ ਲੈ ਕੇ 16 ਤੱਕ ਮੈਂ ਆਮ ਆਦਮੀ ਪਾਰਟੀ ਨਾਲ ਕੰਮ ਕੀਤਾ ਅਤੇ 13 ਦੀ ਇਲੈਕਸ਼ਨ ਦੇ ਵਿੱਚ ਵੀ ਅਸੀਂ ਲੜਾਈ ਆ ਕੇਜਰੀਵਾਲ ਦੇ ਨਾਲ। ਉਦੋਂ ਸਾਨੂੰ ਐਂ ਲੱਗਿਆ ਸੀਗਾ ਕਿ ਇੱਕ ਨਵੀਂ ਸੋਚ ਵਾਲਾ ਨੌਜਵਾਨ ਆਗੂ ਕੋਈ ਆਇਆ, ਕੋਈ ਪੜ੍ਹਿਆ ਲਿਖਿਆ ਆਗੂ ਹੈ, ਕੋਈ ਨਵੀਂ ਗੱਲ ਕਰੇਗਾ। ਜਿਵੇਂ ਉਹ ਗੱਲੀ ਬਾਤੀ ਕਹਿੰਦਾ ਸੀ ਨਾ, ਗੱਲੀ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ, ਉਹ ਕਹਾਵਤ ਉੱਥੇ ਪੂਰੀ ਢੁੱਕਦੀ ਹੈ ਕਿ ਗੱਲੀ ਬਾਤੀ ਤਾਂ ਅਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬ ਦਾ ਐਨ ਨਕਸ਼ਾ ਬੜਾ ਵਧੀਆ ਬਣਾਤਾ, ਪੰਜਾਬ ਨੂੰ ਸਾਫ਼ ਸੁਥਰਾ ਬਣਾਤਾ, ਪੰਜਾਬ ਨੂੰ ਸਾਰਾ ਕੁਝ ਕਰਤਾ। ਪਰ ਜਦੋਂ ਹਕੀਕੀ ਤੌਰ 'ਤੇ ਦੇਖਦੇ ਆ ਤਾਂ ਅਰਵਿੰਦ ਕੇਜਰੀਵਾਲ ਉੱਥੇ ਕਿਤੇ ਸਾਨੂੰ ਪੰਜਾਬ ਦੇ ਹੱਕ ਵਿੱਚ ਭੁਗਤਦਾ ਨਜ਼ਰ ਨਹੀਂ ਆਉਂਦਾ। ਉਹਦੇ ਲਈ ਕਾਰਨ ਕੀ ਹੈ ਕਿ 2015 ਦੀ ਜਿਹੜੀ ਰੈਲੀ ਹੋਈ ਸੀ ਉਹਦੇ 'ਚ ਮਾਘੀ ਦੇ ਮੇਲੇ 'ਤੇ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਸਟੇਟਮੈਂਟ ਦਿੰਦੇ ਨੇ ਮੁਕਤਸਰ ਮਾਘੀ ਮੇਲੇ ਦੇ ਉੱਤੇ, ਪਹਿਲੀ ਵਾਰੀ ਜਿਹੜੀ ਹੋਈ ਕਿ ਪੰਜਾਬ ਦਾ ਪਾਣੀ ਸਿਰਫ ਪੰਜਾਬ ਦਾ ਰਹੇਗਾ। ਉਸ ਤੋਂ ਬਾਅਦ ਆ ਕੇ ਮੇਲਾ ਮਾਘੀ ਤੋਂ ਖਤਮ ਹੋ ਕੇ ਅੰਬਾਲੇ ਪਹੁੰਚਦੇ ਨੇ, ਅੰਬਾਲੇ ਦੇ ਵਿੱਚ ਜਾ ਕੇ ਉਹਨਾਂ ਦੀ ਸਟੇਟਮੈਂਟ ਚੇਂਜ ਹੋ ਜਾਂਦੀ ਹੈ। ਉਹ ਕਹਿੰਦੇ ਵੀ ਹਰਿਆਣਾ ਵੀ ਨੇਟਿਵ ਸਟੇਟ ਆ ਜੀ, ਹਰਿਆਣਾ ਵੀ ਪੰਜਾਬ ਦੇ ਵਿੱਚੋਂ ਨਿਕਲਿਆ ਹੋਇਆ, ਜੇ ਹਰਿਆਣਾ ਪੰਜਾਬ ਦਾ ਪਾਰਟ ਹੁੰਦਾ ਫਿਰ ਵੀ ਤਾਂ ਪਾਣੀ ਲੈਂਦਾ। ਅਤੇ ਤੀਸਰੀ ਗੱਲ ਆ ਗਈ ਜਦੋਂ ਦਿੱਲੀ ਪਹੁੰਚਦਾ ਤਾਂ ਦਿੱਲੀ ਕਹਿੰਦਾ ਕਿ ਦਿੱਲੀ ਦੇ ਵਿੱਚ, ਦਿੱਲੀ ਤਾਂ ਜੀ ਆਪਣੇ ਯੂਨੀਅਨ ਟੈਰੀਟਰੀ ਹੈ ਅਤੇ ਇਹਦੀ ਤਾਂ ਸਾਰੀਆਂ ਸਟੇਟਾਂ ਨੂੰ ਮਦਦ ਕਰਨੀ ਚਾਹੀਦੀ ਹੈ, ਪਾਣੀ ਸਾਨੂੰ ਦੇਣਾ ਚਾਹੀਦਾ। ਜੇ ਰਾਇਪੇਰੀਅਨ ਲਾਸ ਦੀ ਗੱਲ ਕਰੀਏ ਤਾਂ ਜਿਹੜੀਆਂ ਸਟੇਟਾਂ ਸਾਡੀਆਂ, ਸਾਡਾ ਪਾਣੀ ਦੇ ਉੱਤੇ ਸਾਡਾ ਅਧਿਕਾਰ ਹੈ, ਪਾਣੀ ਪੰਜਾਬ ਦੀ ਜਿਹੜੀ ਉਤਪਤ ਹੈਗੀ ਆ, ਪੰਜਾਬ ਦਾ ਜਿਹੜਾ ਖਣਜ ਆ ਪੰਜਾਬ ਦੇ ਉੱਤੇ ਵਰਤਿਆ ਜਾਣਾ ਚਾਹੀਦਾ। ਜੇ ਪੰਜਾਬ ਤੋਂ ਬਾਅਦ ਵਾਧੂ ਬਚਦਾ ਤਾਂ ਅਸੀਂ ਪਾਣੀ ਨੂੰ ਲਿਆ ਕੇ ਇੱਥੇ ਹੜਤ 'ਚ ਥੋੜ੍ਹੋ ਮਾਰਨੇ ਨੇ ਲੋਕ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਪੰਜਾਬ ਦਾ ਪਾਣੀ ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਕੋਈ ਵਾਧੂ ਬਚਦਾ ਤਾਂ ਉਹ ਲੈ ਜਾਓ ਜਿੱਥੇ ਮਰਜ਼ੀ, ਪਰ ਨਹੀਂ, ਸਾਡਾ ਪੰਜਾਬ ਦਾ ਕਿਸਾਨ ਜਿਹੜਾ ਉਹਨੂੰ ਬਿਜਲੀ ਦੇ ਨਾਲ ਪਾਣੀ ਕੱਢਣਾ ਪੈ ਰਿਹਾ। ਮੋਟਰਾਂ ਪੰਜਾਬ ਦੀ ਧਰਤੀ ਦਾ ਲੈਵਲ ਪਾਣੀ ਦਾ 350-400 ਫੁੱਟ ਤੋਂ 700 ਫੁੱਟ ਤੱਕ ਪਹੁੰਚ ਗਿਆ। ਅਤੇ ਹੋਰ ਜੇ 25-30 ਸਾਲ ਇੱਦਾਂ ਹੀ ਖੇਤੀ ਚੱਲਦੀ ਰਹੀ, ਮੈਂ ਵਿਸ਼ੇਸ਼ ਕਰਕੇ ਜੇ ਧਾਨ ਦੀ ਖੇਤੀ ਹੁੰਦੀ ਰਹੀ ਤਾਂ ਪੰਜਾਬ ਦਾ ਪਾਣੀ, ਮੈਨੂੰ ਲੱਗਦਾ ਇਹ ਪਰਮਾਤਮਾ ਨਾ ਕਰੇ ਕਿ ਕਿਤੇ ਸੁੱਕ ਜਾਵੇ ਜਾਂ ਪੰਜਾਬ ਮਾਰੂਥਲ ਬਣ ਜਾਵੇ, ਇਹ ਜੀ ਹਾਲਾਤ ਵੀ ਨਜ਼ਰ ਆਉਂਦੇ ਦਿਖਦੇ ਨੇ। ਨਹੀਂ, ਮਨਜੀਤ ਸਿੰਘ ਜੀ, ਇੱਕ ਗੱਲ ਜ਼ਰੂਰ ਕਰਨਾ, ਜਿੱਥੇ ਹੁਣ ਤੁਸੀਂ ਪਾਣੀਆਂ ਦੀ ਗੱਲ ਕੀਤੀ ਆ, ਆਪਾਂ ਪਾਣੀ ਦੀ ਗੱਲ ਤਾਂ ਕਰੀਏ ਪੰਜਾਬ ਦੀ ਜੀ। ਪੰਜਾਬ ਦੇ ਵਿੱਚ ਜਿਹੜਾ ਪਾਣੀ ਆ, ਕੀ ਉਹ ਤੁਸੀਂ ਦੇਖਦੇ ਹੋ ਕਿ ਇਕੱਲਾ ਧਾਨ ਦੀ ਖੇਤੀ ਲਈ, ਇਕੱਲਾ ਝੋਨੇ ਲਈ ਲੱਗਦਾ, ਬਰਬਾਦ ਹੁੰਦਾ, ਜਾਂ ਫਿਰ ਜਿਹੜੇ ਗੁਰਦੁਆਰੇ ਜਾਂ ਮੰਦਰਾਂ ਦੇ ਵਿੱਚ ਸੇਵਾ ਦੇ ਨਾਂ 'ਤੇ ਕਰਦੇ ਨੇ, ਜਾਂ ਸ਼ਹਿਰੀ ਲੋਕ ਰੋਜ਼ ਗੱਡੀਆਂ ਤੋਂ ਆਉਂਦੇ ਨੇ, ਕੀ ਉਹ ਪਾਣੀ ਦੀ ਬਰਬਾਦੀ ਨਹੀਂ ਹੁੰਦੀ? ਉੱਧਰ ਵੀ ਆਪਾਂ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਵਿੱਚ ਝੋਨੇ ਦੇ ਨਾਲ ਨਾਲ ਉੱਧਰ ਵੀ ਮੇਜਰ ਸਿੰਘ ਜੀ, ਤੁਹਾਡੀ ਗੱਲ ਦੇ ਨਾਲ ਮੈਂ ਥੋੜ੍ਹਾ ਜਿਹਾ ਉਹ ਰੱਖਦਾ ਕਿ ਉਹਦੇ 'ਚ
ਉਹ ਬਹੁਤ ਘੱਟ ਮਾਤਰਾ ਆ ਉਹਦੇ। ਠੀਕ ਹੈ ਪਾਣੀ ਬਰਬਾਦ ਹੁੰਦਾ, ਜੇ ਕੋਈ ਗੱਡੀਆਂ ਧੋਆਉਂਦੇ ਨੇ ਉਹਦੇ 'ਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ, ਜਿਹੜੇ ਕਾਰ ਸਟੇਸ਼ਨ ਬਣੇ ਹੋਏ ਨੇ ਉਹਨਾਂ 'ਤੇ ਉੱਥੋਂ ਹੀ ਗੱਡੀਆਂ ਧੋਈਆਂ ਜਾਣੀਆਂ ਚਾਹੀਦੀਆਂ ਨੇ। ਉਹ ਮਿਊਂਸੀਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਉਹਦੇ 'ਤੇ ਸਖਤੀ ਵਰਤਦੀਆਂ ਵੀ ਨੇ, ਚਲਾਣ ਵੀ ਕੀਤੇ ਜਾਂਦੇ ਨੇ ਦੂਜੇ ਤੀਜੇ, ਪਰ ਉਹ ਬਹੁਤ ਘੱਟ ਹੁੰਦਾ ਉਹਦੇ ਨਾਲ। ਜਿਹੜਾ ਮੇਜਰ ਜਿਹੜਾ ਫਰਕ ਪੈਂਦਾ ਨਾ ਜੀ, ਉਹ ਝੋਨੇ ਦੀ ਖੇਤੀ ਜਿਹੜੀ ਉਹਦੇ ਕਰਕੇ ਹੀ ਹੈ। ਅਤੇ ਉਹਦੇ ਝੋਨੇ ਦੀ ਖੇਤੀ ਦਾ ਵੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪੰਜਾਬ ਦਾ ਕਿਸਾਨ ਗਰੀਬ ਹੋ ਜਾਵੇ, ਝੋਨੇ ਦੀ ਖੇਤੀ ਨਾ ਕਰੋ। ਝੋਨੇ ਦੀ ਖੇਤੀ ਦੇ ਕੁਝ ਹੋਰ ਵੀ ਨੇ, ਜਿਹੜੀ ਡਾਇਰੈਕਟ ਖੇਤੀ ਹੈ ਨਾ ਉਹ ਕੀਤੀ ਜਾ ਸਕਦੀ ਹੈ। ਡਾਇਰੈਕਟ ਜਿਵੇਂ ਕਣਕ ਬੀਜਦੇ ਹਾਂ ਅਸੀਂ, ਉੱਦਾਂ ਝੋਨਾ ਬੀਜਿਆ ਜਾਣਾ ਚਾਹੀਦਾ। ਅਸੀਂ ਜਿਹੜੀ ਝੋਨੇ ਦੀ ਪਹਿਲਾਂ ਉਹ ਲਾਉਂਦੇ ਹਾਂ, ਪੇਂਦ ਲਾ ਕੇ ਉਹਨੂੰ ਜਿਹੜਾ ਉਦੋਂ ਬਾਅਦ ਦੁਬਾਰਾ ਅਸੀਂ ਕਰਦੇ ਹਾਂ, ਉਹ ਸਿਸਟਮ ਜਿਹੜਾ ਉਹ ਮਾੜਾ ਹੈ, ਉਹਦੇ ਵਿੱਚ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ। ਅਤੇ ਝੋਨੇ ਦੀ ਪੰਜਾਬ ਨੂੰ ਲੋੜ ਵੀ ਨਹੀਂ ਗੀ, ਝੋਨੇ ਦੇ ਨਾਲ ਹੋਰ ਜ਼ਿਆਦਾ ਜਿਹੜੀਆਂ ਲਾਹੇਵੰਦ ਖੇਤੀਆਂ ਨੇ, ਲਾਹੇਵੰਦ ਜਿਣਸਾਂ ਨੇ, ਉਹ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਦੇ ਬਾਰੇ ਬਹੁਤ ਕੁਛ ਬੜੀ ਵਾਰੀ ਲਿਖਿਆ ਜਾ ਚੁੱਕਾ, ਬੜੀ ਵਾਰੀ ਬੋਲਿਆ, ਬੜੇ ਬੜੇ ਸੈਮੀਨਾਰ ਹੋ ਰਹੇ ਨੇ ਉਹਦੇ 'ਤੇ ਕਿ ਪਲਟਾਵੀਂ ਖੇਤੀ ਕੀਤੀ ਜਾਵੇ। ਉਹਦੇ ਬਾਰੇ ਉੱਧਰ ਬਾਰੇ ਵੀ ਸਾਨੂੰ ਸੋਚਣਾ ਪਊਗਾ। ਚਲੋ ਇਹ ਤਾਂ ਅਸੀਂ ਇਹ ਗੱਲ ਇੱਕ ਗੱਲ ਪਾਣੀਆਂ ਦੀ ਚੱਲੀ ਸੀ ਅਤੇ ਉੱਥੇ ਆਪਾਂ ਇੱਕ ਗੱਲ ਕੀਤੀ ਆ, ਪਰ ਜਿਹੜੀ ਗੱਲ ਅਸਲ ਹੈਗੀ ਆ ਆਪਣੇ ਪੰਜਾਬ ਦੀ ਸਿਆਸਤ ਦੀ, ਜਿਹੜੀ ਆਪਣੀ ਗੱਲ ਚੱਲ ਰਹੀ ਸੀਗੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਵੀ ਕੀਤੀ, ਤੁਸੀਂ ਹੁਣ ਆਪ ਦੀ ਗੱਲ ਵੀ ਕਰਤੀ ਹੈ, ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਪੰਜਾਬ ਦੇ ਵਿੱਚ ਇੰਨੀਆਂ ਪਾਰਟੀਆਂ ਨੇ, ਕਾਂਗਰਸ ਪਾਰਟੀ ਵੀ ਹੈਗੀ ਹੈ, ਆਪ ਵੀ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਹੈਗਾ, ਤਾਂ ਹੋਰ ਵੀ ਕਈ ਜਿਵੇਂ ਬਸਪਾ ਜਾਂ ਹੋਰ ਵੀ ਕਈ ਪਾਰਟੀਆਂ ਛੋਟੀਆਂ ਜਾਂ ਵੱਡੀਆਂ ਪਾਰਟੀਆਂ ਹੈਗੀਆਂ ਨੇ, ਪਰ ਤੁਸੀਂ ਜਿਹੜਾ ਨਾ ਮੂਲ ਜਿਹੜੀ ਕਾਂਗਰਸ ਹੈਗੀ ਆ ਉਹ ਹੀ ਕਿਉਂ ਜਿਹੜੀ ਆ ਕਿ ਤੁਸੀਂ ਵੀ ਜੁਆਇਨ ਕੀਤੀ? ਤੁਹਾਡਾ ਬੜਾ ਵਾਜਬ ਸਵਾਲ ਹੈ। ਇਹ ਗੱਲ ਇਸ ਤਰ੍ਹਾਂ ਸੀ ਜੀ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਏ, ਅਸੀਂ ਆਮ ਆਦਮੀ ਇੱਕ ਹੋਪ ਨਾਲ ਲੈ ਕੇ ਆਏ ਸੀਗੇ, ਇੱਕ ਬੜੀ ਉਮੀਦ ਦੇ ਨਾਲ ਸੀਗੀ ਕਿ ਅਰਵਿੰਦ ਕੇਜਰੀਵਾਲ ਇੱਕ ਪੜ੍ਹਿਆ ਲਿਖਿਆ ਸਿਆਣਾ ਬੰਦਾ, ਉਹ ਪੰਜਾਬ ਦੇ ਵਾਸਤੇ ਹੋ ਸਕਦਾ ਕੋਈ ਵਧੀਆ ਸੋਚ ਲੈ ਕੇ ਆਵੇ, ਜਿੱਥੋਂ ਮੇਰੀ ਆਪਣੀ ਗੱਲ ਟੁੱਟੀ ਸੀ। ਪਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲਈ ਇਮਾਨਦਾਰ ਸਾਬਤ ਨਹੀਂ ਹੋਏ। ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਾਉਣ ਵਾਲੀ ਦੋਸ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੇ ਦੋਸ਼ੀ, ਮੈਂ ਨਹੀਂ ਕਹਿੰਦਾ ਕਿ ਅਕਾਲੀ ਦਲ ਨੇ ਕਰਵਾਈ ਹੈ। ਜੇ ਨਹੀਂ ਕਰਵਾਈ ਤਾਂ ਅਕਾਲੀ ਦਲ ਨੇ ਸਜ਼ਾ ਕਿਉਂ ਨਹੀਂ ਦਿੱਤੀ ਜਿਹੜੇ ਦੋਸ਼ੀਆਂ ਨੇ ਕੀਤੀ ਸੀ, ਜਿਹੜਿਆਂ ਨੂੰ ਹੁਣ ਹਾਈ ਕੋਰਟ ਪਰਮਪਾਲ ਵਰਗਿਆਂ ਨੂੰ, ਜਿਹਨਾਂ ਨੂੰ ਸੈਣੀ ਵਰਗਿਆਂ ਨੂੰ, ਜਿਹੜੇ ਅਫਸਰਾਂ ਨੂੰ ਜਿਨ੍ਹਾਂ ਨੇ ਗੋਲੀ ਦੇ ਹੁਕਮ ਦਿੱਤੇ, ਗੋਲੀ ਚਲਾਈ, ਜੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਹੁਣ ਉਹਨਾਂ ਦੀ ਗ੍ਰਿਫਤਾਰੀਆਂ ਹੋ ਸਕਦੀਆਂ, ਹੁਣ ਉਹਨਾਂ ਦੇ ਪਰਚੇ ਹੋ ਰਹੇ ਨੇ, ਇਹ ਕੰਮ ਅਕਾਲੀ ਦਲ ਨੇ ਕਿਉਂ ਨਹੀਂ ਕੀਤਾ? ਕਿਉਂਕਿ ਅਕਾਲੀ ਦਲ ਨੇ ਦੇ ਮਨ ਦੇ ਵਿੱਚ ਚੋਰ ਸੀ, ਅਕਾਲੀ ਦਲ ਦੇ ਮਨ ਦੇ ਵਿੱਚ ਇਹਨਾਂ ਅਫਸਰਾਂ ਦੇ ਪ੍ਰਤੀ ਇੱਕ ਸੌਫਟ ਕਾਰਨਰ ਸੀ, ਕਿਉਂਕਿ ਇਹਨਾਂ ਅਫਸਰਾਂ ਦੇ ਕੋਲ ਉਹਨਾਂ ਨੇ ਕਈ ਬੰਦੇ ਚੰਗੇ ਕੰਮ ਹੋਰ ਵੀ ਕਰਾਏ ਹੋਏ ਨੇ। ਜਿਹੜੇ ਜੇ ਮੈਂ ਗੱਲ ਕਰਾਂ ਪਿਛਲੇ ਖੜਕੂਵਾਦ ਦੇ ਟਾਈਮ ਦੀ, ਖੜਕੂਵਾਦ ਦੇ ਟਾਈਮ ਦੇ ਵਿੱਚ ਸੁਮੇਧ ਸੈਣੀ ਨੇ ਹਜ਼ਾਰਾਂ ਨੌਜਵਾਨਾਂ ਦੇ ਕਤਲ ਕੀਤੇ ਨੇ, ਟੋਰਚਰ ਕੀਤੇ ਆ, ਮੈਂ ਵੀ ਟੋਰਚਰ ਹੋਇਆ ਬਕਾਇਦਾ ਰੂਪ ਦੇ ਵਿੱਚ, ਮੈਨੂੰ ਚੱਕ ਕੇ ਲੈ ਗਿਆ, ਮੈਂ ਇਲੈਕਸ਼ਨ ਲੜ ਕੇ ਹਟਿਆ ਸੀ, ਸਰਕਾਰੀ ਅਸਲਾ ਸੀ ਮੇਰੇ ਕੋਲ, ਸਰਕਾਰੀ ਅਸਲੇ ਦੇ ਨਾਲ ਮੈਨੂੰ ਘਰੋਂ ਚੱਕ ਕੇ ਲੈ ਗਿਆ, ਅਤੇ ਮੈਨੂੰ ਇਹ ਪੁੱਛਦਾ ਸੀ ਵੀ ਮੇਰੇ 'ਤੇ ਜਿਹੜੀ SLR ਚੱਲੀ ਉਹ SLR ਕਿਹੜੀ ਸੀ, ਕਿਉਂਕਿ ਮੇਰੇ ਕੋਲ SLRਾਂ ਸੀ ਉਦੋਂ, ਸਰਕਾਰ ਨੇ ਇਸ਼ੂ ਕੀਤੀਆਂ ਮੈਨੂੰ। ਤੋ ਤੁਸੀਂ ਇਲੈਕਸ਼ਨ ਕਿਹੜੀ ਲੜੀ ਸੀ ਉਦੋਂ? ਮੈਂ 1991 ਦੀ MLA ਦੀ ਇਲੈਕਸ਼ਨ ਲੜੀ ਸੀ, ਉਸ ਤੋਂ ਬਾਅਦ ਮੈਨੂੰ ਸੁਮੇਧ ਸੈਣੀ ਨੇ ਘਰੋਂ ਚੱਕ ਲਿਆ ਸੀ। ਕਿਹੜੇ ਹਲਕੇ ਤੋਂ? ਮੈਂ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੀ 1991 'ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਟਿਕਟ 'ਤੇ। ਅਤੇ ਮਤਲਬ ਇਹਨਾਂ ਲੋਕਾਂ ਨੇ, ਕਿਉਂਕਿ ਇਹ ਉਦੋਂ ਬਾਦਲਾਂ ਦੇ ਚਹੇਤੇ ਨੇ, ਬਾਦਲਾਂ ਦੇ ਚੇਲੇ ਚਾਟੜੇ ਸੀਗੇ ਇਹਨਾਂ ਨੇ, ਸਾਡੇ ਵਰਗਿਆਂ ਨੂੰ, ਕਿਉਂਕਿ ਉਦੋਂ ਬਾਦਲ ਦਲ, ਤੁਹਾਨੂੰ ਪਤਾ ਹੋਣਾ ਚਾਹੀਦਾ ਮੇਜਰ ਸਿੰਘ ਜੀ, 1991 ਦੇ ਵਿੱਚ ਪੰਜਾਬ ਦੇ ਵਿੱਚ ਕੇਸਰੀ ਹੜ੍ਹ ਆਇਆ ਹੋਇਆ ਸੀ, ਕੇਸਰੀ ਹੜ੍ਹ। ਉਦੋਂ ਬਾਦਲ ਨੀਲੀਆਂ ਕਾਲੀਆਂ ਪੱਗਾਂ ਵਾਲਿਆਂ ਨੂੰ ਤਾਂ ਲੋਕ ਦੇਖਣਾ ਵੀ ਪਸੰਦ ਨਹੀਂ ਸੀ ਕਰਦੇ, ਬਾਦਲਾਂ ਉਹਨਾਂ ਦਾ, ਜੋ ਬਾਦਲਾਂ ਦੀ ਹਾਲਾਤ ਅੱਜ ਹੋਈ ਪਈ ਹੈ ਨਾ ਪੰਜਾਬ ਦੇ ਵਿੱਚ, ਬਿਲਕੁਲ ਇਹੋ ਜਿਹੇ ਹਾਲਾਤ ਹੋ ਗਏ ਸੀ। ਅੱਜ ਵੀ ਲੋਕ ਪੰਜਾਬ ਦੇ ਵਿੱਚ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਾਲਿਆਂ ਨੂੰ ਵੜਨ ਨਹੀਂ ਦੇ ਰਹੇ। ਆ ਥੋੜ੍ਹੇ ਦਿਨ ਪਿੱਛੇ ਜੇ ਮੈਂ ਦੇਖਿਆ ਕਿ ਸੁਖਬੀਰ ਬਾਦਲ ਦੀ ਗੱਡੀ ਦੇ ਉੱਤੇ ਵੀ ਹਮਲਾ ਕੀਤਾ। ਸੋ ਹਾਲਾਤ ਇਹੋ ਜਿਹੇ ਹੋ ਗਏ ਨੇ, ਲੋਕ ਇਹਨਾਂ ਨੂੰ ਦਿਲੋਂ ਪਸੰਦ ਨਹੀਂ ਕਰ ਰਹੇ। ਉਸ ਟਾਈਮ ਵੀ ਬਿਲਕੁਲ ਹਾਲਾਤ ਇਹੋ ਜਿਹੇ ਸੀ ਕਿ ਲੋਕ ਇਹਨਾਂ ਨੂੰ ਪਸੰਦ ਹੀ ਨਹੀਂ ਸੀ ਕਰਦੇ, ਅਤੇ ਫੈਡਰੇਸ਼ਨ ਦਾ ਉਸ ਵੇਲੇ ਸਰਕਾਰ ਬਣਨੀ ਮਤਲਬ 100% ਸੰਭਵ ਸੀਗੀ, ਜਿਹਦਾ ਕਿ ਸਭ ਤੋਂ ਵੱਧ ਸਾਡਾ ਨੁਕਸਾਨ ਕੀਤਾ ਕਾਂਗਰਸ ਪਾਰਟੀ ਨੇ,
क्योंकि कांग्रेस उदों आप सत्ता दे विच नहीं सी, डरदे मारे वड़े नहीं गए। इत्थे खड़कूवाद का जोर सी, फैडरेशन उदों इत्थे खड़कूवाद दे विच रह के इलैक्शन लड़ रही सीगी, ते साढ़े बहुत सारे नौजवान मारे भी गए उस समय दे विच जिहड़े कैंडीडेट सीगे। तो उदों हालात कुछ इहो जिहे सी कि लोग उदों पसंद नहीं सी करदे, बिल्कुल उदां दे हालात हुण भी बने पए ने। सो मैं अकाली दल 'च नहीं सी जा सकदा, कांग्रेस दे विच जाण दा मतलब सी कि कांग्रेस दीआं उहनां लोकां नूं सलूट करो जिन्हां ने ब्लू स्टार ऑपरेशन कीता। ते मैनूं आम आदमी पार्टी नूं मैं छड्डी सी, आम आदमी पार्टी दे विच मैं जे मैं गल करां क्यों छड्डी सी, तां मैं 16 अक्तूबर 2016 नूं वी इक मैं PTC दे उत्ते इक इंटरव्यू कीता सीगा, उहदे विच वी मैं गल कही सी कि अरविंद केजरीवाल जिहड़ा RSS दा ही एजेंट है तो वह बड़ा नुकसान कर रहा सिखां दा। देखो मैं जिस गल दा मैं विरोध कीता सी, जिहड़े सिखां दे सिर दे उत्ते टोपी धरती। मनजीत जी, तुसीं एक गल कही है कि RSS दी उपज है, RSS दे जाने कि दूजा रूप है, बिल्कुल जिथे एक पासे BJP नूं मन्निया जांदा जी जी, पर यह गल लोग नहीं मनन नूं तैयार हो रहे। पंजाब दे जिहड़े सिख ने जां आप दे नाल जुड़े हुए ने, वो इस गल नूं बिल्कुल मनन नूं तैयार नहीं हो रहे। पर यह गल तुसीं पहले भी कई कह रहे हो तो अज भी तुसीं इस गल नूं कह रहे हो। देखो जी, मैं पंजाब दे सिखां बारे ज्ञानी ज्ञान सिंह जी ने एक लिखिया सी कि धन गुरु के सिख अकल के पक्के वैरी। असी जिस दे पिछे लगदे आ ना जी, असी इदां बेतरतीबे बेहिसाबे अनकंडीशनल सपोर्ट अनकंडीशनल मनी सारा कुछ असी वार दिंदे आ अपना, तो बाद चो सानू पता इउं लगदा वी यार हैं असीं तां बेवकूफ़ बना गया सानू तां फलाना बंदा। अरविंद केजरीवाल ने जिहड़ी नवीं सियासत कीती जिहड़ी उदों पहलां नहीं सी हुंदी, क्योंकि मैं आम आदमी पार्टी दा एक मेन अहुदेदार एक मेन अहम अहुदे ते सी, सैक्टर इंचार्ज सी, 3 विधानसभा हल्के मेरे कोल सी, 3-3 सैक्टरां दे विच वंडिया सी पूरे पंजाब नूं, ते 34 पूरे हल्के बनाए सीगे। उहदे विच जिहड़ी मेरे कोल गल्लां बातां सीगियां सब नूं सुणन नूं मिलदियां सीगियां, जां इहनां नूं शाम नूं 7 बजे तों लै के 8 बजे तक जिहड़े दिल्ली तों ऑब्जरवर आउंदे सी ना, उह शाम नूं कुंडियां बंद करके कमरियां 'च वड़ जांदे सीगे कि जी हम लोग प्रैस कॉन्फ्रेंस में हैं। इहनां नूं एक समूहक प्रैस कॉल अपनी की कॉन्फ्रेंस कॉल आउंदी सी, वो कॉन्फ्रेंस कॉल कित्थों आउंदी सी किसे नूं नहीं पता, पर वो जो मैसेज दिता जांदा सी सारे पंजाब च इक्को समय सारयां नूं सारे ऑब्जरवरां नूं मिलदा सी मैसेज, ते उही मैसेज वो अगले दिन फिर साडे नाल डिस्कस करना शुरू कर दिंदे सी। वो इहनां दे कोई पॉलिसी मेकर सी जिहड़े मैनूं लगदा कि वो नागपुर तों इहनां नूं मैसेज मिलदे सी, नागपुर तों इहनां नूं दिशा निर्देश मिलदे सी, क्योंकि आ जिहड़े मुंडे न्याणे भेजे सी इहनां ने 20-20 साल के 21-21 साल के बंदे, ये उन्होंने वसदे जो वो प्रोग्राम उलीकते जो वो जिदा कॉन्सपीरेसियाँ वो उड़ीक उलीकते वो 12 साल या 20-22 साल के जवाकों के वस की गल नहीं सी, वो दुर्गेश पाठक वर्गे नौजवानों के वस की गल नहीं सी, वो तो कोई बड़े सुलझे हुए जोड़े हायर लैवल के उत्ते ऑफिशियल्स रह चुके हो। मैनू उन्होंने लगती सी जिमें कि जे फॉर एग्जाम्पल मैं थोड़ा एको गल जो टूक मात्र ही कहंगा कि सारे पंजाब के एक बोर्ड लवाया गया सी कि मैं एक बार नहीं 1000 बार कहूँगा कि बिक्रम मजीठिया चिट्टे का सौदागर है, ठीक है जी। वो मैसेज जिहड़ा सी वो एक्चुअली असीं उदों भी विरोध किया सी कि देखो इदां किसी बंदे नूं पर्टिकुलर आपां ना वो करिए, आपां वैसे गल करिए भी पंजाब दे विच नशा बहुत है जी, ते वैसे जे मैं दूजी जीरो ग्राउंड की रिपोर्ट थोनू दें तो पंजाब दे विच इन्ना नशा नहीं है जिन्ना UP दे विच नशा, जिन्ना दिल्ली दे विच नशा, दे दूजिया होर महाराष्ट्र वर्गिया स्टेटा दे विच जिते हर जिहड़े जिन्ने सैलीब्रिटीज रहिंदे ने सारे नशे लैंदे ने। कहने दा मतलब कि पंजाब ते इक धब्बा लाया पंजाब नूं, पंजाब नूं एक गिणी मिथी साजिश के मुताबक बदनाम किया गया कि जी पंजाब दे विच बहुत नशा है। आ हुण बैठे ने दिल्ली दे विच, दिल्ली बार्डर के उत्ते जिहड़े नौजवान सरकार वालों एडे एडे ला के एडे टोए पट्टे वो घंटिया दे विच पूरे कर दिते, वो नशैड़ियां दा काम नहीं हो सकता, वो तो जिहड़ियां खुराकां खाधियां ने जिहड़े घिओ दुध दे मल्लां दे नाल मल्लां मारदे नौजवान ने, ये उन्हां दा काम सी।
ਸੋ ਇਹ ਸਰਕਾਰ ਮੈਂ ਇੱਥੋਂ ਇਹਨਾਂ ਦੀ ਜਿਹੜੀਆਂ ਮੰਦਭਾਗੀਆਂ ਇਹਨਾਂ ਦੇ ਮੰਦੀਆਂ ਇੱਛਾਵਾਂ ਸੀ ਨਾ ਉਹ ਜ਼ਾਹਰ ਹੁੰਦੀਆਂ ਸੀ ਕਿ ਪੰਜਾਬ ਨੂੰ ਖਾਸ ਕਰਕੇ ਪੱਗ ਨੂੰ ਬਦਨਾਮ ਕਰਨ ਦੇ ਲਈ ਇਹ ਗੱਲਾਂ ਕੀਤੀਆਂ ਗਈਆਂ ਅਤੇ ਉਦੋਂ ਬਾਅਦ ਆਮ ਆਦਮੀ ਪਾਰਟੀ ਦਾ ਪ੍ਰਧਾਨ ਜੇ ਜ਼ਰੂਰਤ ਹੁੰਦੀ ਜੇ ਜ਼ਰੂਰਤ ਸੀ ਤਾਂ ਫਿਰ ਇੱਕ ਪੰਜਾਬੀ ਦੀ ਕਹਾਵਤ ਹੁੰਦੀ ਕਹਿੰਦਾ ਯਾਰ ਕੀ ਗੱਲ ਕਹਿੰਦਾ ਤੂੰ ਕੀ ਕਹਿੰਦੇ ਹੁੰਦੇ ਨੇ ਕਿ ਪੂਤਰੇ ਹੋਏ ਸਾਹਨ ਵਾਂਗੂ ਸਾਨੂੰ ਟੱਕਰਾਂ ਮਾਰਦਾ ਢੁੱਡਾ ਮਾਰਦਾ ਉਹ ਕਹਿੰਦਾ ਸਾਹਨ ਹੁੰਦਾ ਅਤੇ ਜਦੋਂ ਅਗਲੇ ਨੇ ਡਾਂਗ ਚੱਕ ਲਈ ਉਹ ਕਹਿੰਦਾ ਨਹੀਂ ਹੈ ਤਾਂ ਗਊ ਦਾ ਜਾਇਆ ਜੀ ਸੋ ਅਰਵਿੰਦ ਕੇਜਰੀਵਾਲ ਬਿਲਕੁਲ ਪਹਿਲਾਂ ਤਾਂ ਬੜੀਆਂ ਬੜਕਾਂ ਮਾਰੀਆਂ ਸਾਹਨਾਂ ਵਾਂਗੂ ਪਰ ਜਦੋਂ ਅਗਲਿਆਂ ਨੇ ਮੁੜੋਂ ਬਰਾਬਰ ਕੀਤਾ ਤਾਂ ਮੁੜ ਕੇ ਮਾਫ਼ੀਨਾਮਾ ਲਿਖਣ ਲੱਗੇ ਨੇ ਇੱਕ ਮਿੰਟ ਨਹੀਂ ਲਾਇਆ ਉਹ ਇਹ ਇੱਦਾਂ ਦੇ ਕਿਰਦਾਰ ਦਾ ਮਾਲਕ ਹੈ ਅਰਵਿੰਦ ਕੇਜਰੀਵਾਲ ਕੀ ਪੰਜਾਬ ਦੇ ਪੰਜਾਬ ਨੂੰ ਕੀ ਸਮਝਾਊਗਾ ਕੀ ਪੰਜਾਬ ਨੂੰ ਸੰਭਾਲੂਗਾ ਲੋਕਾਂ ਨੂੰ ਇੱਥੇ ਸਾਡੇ ਲੋਕਾਂ ਨੂੰ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਸੀਂ ਬਾਦਲਾਂ ਨੇ ਜਿਹੜਾ ਸਾਨੂੰ ਮੁਫ਼ਤ ਖਾਣੇ ਬਣਾ ਦਿੱਤਾ ਜਿਹੜੀਆਂ ਮੁਫ਼ਤ ਵਾਲੀਆਂ ਚੀਜ਼ਾਂ ਸਾਨੂੰ ਸਾਡੇ ਹੱਡਾਂ 'ਚ ਵਸਾਤੀਆਂ ਅਸੀਂ ਉਹਦੇ ਨਾਲ ਸੁੱਖ ਰਹਿਣੇ ਅਤੇ ਮੁਫ਼ਤ ਖਾਣ ਵਾਲੀ ਉਮੀਦ ਰੱਖਣ ਲੱਗ ਗਏ ਹਾਂ ਅਸੀਂ ਜਿਹੜਾ ਬੰਦਾ ਕਹੇ ਮੈਂ ਤੁਹਾਨੂੰ ਮੁਫ਼ਤ ਆ ਚੀਜ਼ ਦਊਂਗਾ ਅਸੀਂ ਉਹਦੇ ਦੁਆਲੇ ਹੋ ਜਾਂਦੇ ਹਾਂ ਹੁਣ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦਾ ਲਾਹਾ ਲੈਂਦਿਆਂ ਹੋਇਆ ਪੰਜਾਬ ਨੂੰ 300 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ ਮਨਜੀਤ ਜੀ ਆਪਾਂ ਥੋੜ੍ਹੀ ਜਿਹਾ ਉਸ ਗੱਲ 'ਤੇ ਆਈਏ ਕਿ ਤੁਹਾਨੂੰ ਮੈਂ ਇੱਕ ਸਵਾਲ ਕੀਤਾ ਸੀਗਾ ਕਿ ਤੁਸੀਂ ਸਾਰੀਆਂ ਪਾਰਟੀਆਂ ਛੱਡੀਆਂ ਤੁਸੀਂ ਅਕਾਲੀ ਦਲ ਨਹੀਂ ਜੁਆਇਨ ਕਰਨਾ ਤੁਸੀਂ ਆਪ ਕਰਕੇ ਛੱਡਤੀ ਬਿਲਕੁਲ ਪਰ ਹੁਣ ਜਿਹੜਾ ਅਸਲ ਗੱਲ ਸੀ ਤੁਸੀਂ ਕਾਂਗਰਸ ਜਾਂ ਹੋਰ ਕੋਈ ਪਾਰਟੀ ਜੁਆਇਨ ਨਾ ਕਰਕੇ ਉਹਦੇ ਨਾਲ ਨਾ ਜੁੜ ਕੇ ਤੁਸੀਂ ਤ੍ਰਿਣਮੂਲ ਕਾਂਗਰਸ ਨਾਲ ਕਿਉਂ ਜੁੜੇ ਕਿਉਂਕਿ ਮਮਤਾ ਬੈਨਰਜੀ ਦਾ ਜਿਹੜਾ ਮੈਂ ਕਿਰਦਾਰ ਦੇਖਿਆ ਜਿਹੜਾ ਮਮਤਾ ਬੈਨਰਜੀ ਦਾ ਮੈਂ ਕਿਰਦਾਰ ਨੋਟਿਸ ਕੀਤਾ ਆ ਉਹ ਮੈਂ ਪੜ੍ਹਿਆ ਵੇਖਿਆ ਅਤੇ ਉਹਨਾਂ ਨੂੰ ਕਾਫੀ 3 ਮਹੀਨੇ ਮੈਂ ਆਮ ਆਦਮੀ ਪਾਰਟੀ ਤੋਂ ਬਾਅਦ 3 ਮਹੀਨੇ ਮੈਂ ਬਿਲਕੁਲ ਸ਼ਾਂਤੀ ਨਾਲ ਘਰ ਬੈਠ ਗਿਆ ਸੀ ਅਤੇ ਮੈਂ ਫਿਰ ਉਸ ਤੋਂ ਬਾਅਦ ਮਹਿਸੂਸ ਕੀਤਾ ਵੀ ਨਹੀਂ ਘਰ ਨਹੀਂ ਬਹਿਣਾ ਚਾਹੀਦਾ ਮੈਨੂੰ ਇੱਕ ਹੋਕਾ ਲੈ ਕੇ ਨਿਕਲਣਾ ਚਾਹੀਦਾ ਮੈਨੂੰ ਇੱਕ ਨੌਜਵਾਨਾਂ ਨੂੰ ਲੋਕਾਂ ਨੂੰ ਜੋੜਨਾ ਚਾਹੀਦਾ ਨਾਲ ਮੈਂ ਮਮਤਾ ਬੈਨਰਜੀ ਬਾਰੇ ਕਾਫੀ ਪੜ੍ਹਿਆ ਕਿ 7 ਵਾਰ MP ਰਹੀ ਹੈ ਇੱਕ ਵੀ ਤਨਖਾਹ ਨਹੀਂ ਲਈ ਪੈਨਸ਼ਨ ਤਾਂ ਕੀ ਲੈਣੀ ਸੀ ਤਨਖਾਹ ਵੀ ਨਹੀਂ ਲਈ ਉਹਨਾਂ ਦੇ ਘਰ ਦੇ ਬਾਰੇ ਪੜ੍ਹਿਆ ਕਿ ਉਹ ਕੱਚੇ ਘਰ ਦੇ 'ਚ ਛੰਨਾਂ ਵਾਲੇ ਘਰ 'ਚ ਅੱਜ ਵੀ ਰਹਿੰਦੇ ਨੇ ਤਾਂ ਬੜੀ ਬੇਬਾਕ ਹੈ ਬੜੀ ਬੇਸਬਰੀ ਬੜੀ ਜਜ਼ਬਾਤਾਂ ਜਜ਼ਬਾਤੀ ਹੈ ਅਤੇ ਜਿਹੜਾ ਸ਼ਬਦ ਕਹਿੰਦੇ ਹੁੰਦੇ ਆ ਕਿ ਆਪਣੇ ਕਹੀ ਦੇ ਉੱਤੇ ਅਟਲ ਜੋ ਉਹਨੇ ਕਹਿਤਾ ਕਹਿਣੀ ਅਤੇ ਕਥਨੀ ਦੀ ਪਰਪੱਕ ਹੈ ਜੋ ਉਹਨੇ ਕਹਿਤਾ ਉਹ ਕਰਕੇ ਦਿਖਾਉਂਦੀ ਹੈ ਉਹ BJP ਨੂੰ ਠੱਲ ਪਾਤੀ RSS ਨੂੰ ਜੇ ਕੋਈ ਠੱਲਣ ਵਾਲਾ ਬੰਦਾ ਅੱਜ ਦੀ ਤਰੀਕ ਦੇ ਵਿੱਚ ਹੈ ਤਾਂ ਉਹ ਇਕੱਲੀ ਦੇਸ਼ ਦੇ ਵਿੱਚ ਇੱਕੋ ਹੀ ਸਾਡੀ ਨੈਸ਼ਨਲ ਪ੍ਰਧਾਨ ਭੈਣ ਮਮਤਾ ਬੈਨਰਜੀ ਹੈ ਜਿਹਨੇ ਪੂਰੀ BJP ਦੀ ਟੀਮ ਜੇ ਗੱਲ ਕਰੋ ਪੱਛਮੀ ਬੰਗਾਲ ਦੀ ਚੋਣ ਦੀ ਜੇ ਤੁਸੀਂ ਪਿੱਛੇ ਜੇ ਸਰਵੇ ਦੇਖੇ ਹੋਣਗੇ ਪੱਛਮੀ ਬੰਗਾਲ ਦੇ ਵਿੱਚ ਇਉਂ ਲੱਗਦਾ ਸੀ ਜਿਵੇਂ ਦਿੱਲੀ ਦਰਬਾਰ ਸਾਰਾ ਪੱਛਮੀ ਬੰਗਾਲ 'ਚ ਚਲ ਗਿਆ ਜਿੰਨੇ IAS ਅਫਸਰ ਜਿੰਨੇ IPS ਅਫਸਰ ਜਿੰਨੇ CBI ਆਪਣੀ IB ਤੁਹਾਡੇ ਇਨਫੋਰਸਮੈਂਟ ਡਾਇਰੈਕਟਰ ਤੁਹਾਡਾ ਇਲੈਕਸ਼ਨ ਕਮਿਸ਼ਨ ਹਰ ਸਾਮ ਦਾਮ ਦੰਡ ਭੇਦ ਸਾਰੇ ਜਿੰਨੇ ਸੀਗੇ ਸਾਰੇ ਉੱਥੇ ਪਹੁੰਚਾ ਕੇ ਔਰ ਮੋਦੀ ਸਾਹਿਬ ਨੇ ਜਿੰਨੀਆਂ ਰੈਲੀਆਂ ਕੀਤੀਆਂ ਉੱਥੇ ਉਹ ਸਾਰੀਆਂ ਰੈਲੀਆਂ ਦੇ ਬਾਵਜੂਦ ਮਮਤਾ ਬੈਨਰਜੀ ਨੇ ਐਨ ਪੂੰਝ ਕੇ ਸਿੱਟ ਦਿੱਤੇ ਬਈ ਆਹ ਪਏ ਨੇ ਤਾਂ ਉੱਥੋਂ ਮੈਨੂੰ ਇੱਦਾਂ ਮਹਿਸੂਸ ਹੋਇਆ ਬਈ ਜੇਕਰ ਇਸ ਪਾਰਟੀ ਨੂੰ ਇੱਦਾਂ ਦੀ ਪਾਰਟੀ ਨੂੰ ਜੁਆਇਨ ਕੀਤਾ ਜਾਵੇ ਜਿਹੜੀ ਆਪ ਇਮਾਨਦਾਰ ਹੈ ਉਹ ਪੰਜਾਬੀ ਦੀ ਕਹਾਵਤ ਹੈ ਨਾ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਜਿਹੋ ਜਿਹਾ ਪਾਰਟੀ ਦਾ ਪ੍ਰਧਾਨ ਹੁੰਦਾ ਉਹ ਆਪਦੇ ਆਲੇ ਦੁਆਲੇ ਗਲਬਾ ਉਹੋ ਜਿਹਾ ਇਕੱਠਾ ਕਰਦਾ ਜਿਹੜੇ ਕਰਪਟ ਨੇ ਉਹ ਕਰਪਟ ਲੋਕਾਂ ਨੂੰ ਪਸੰਦ ਕਰਨਗੇ ਜਿਹੜਾ ਓਨੈਸਟ ਹੈ ਜਿਹੜਾ ਇਮਾਨਦਾਰ ਆ ਉਹ ਆਪਣੇ ਆਲੇ ਦੁਆਲੇ ਇਮਾਨਦਾਰ ਲੋਕਾਂ ਨੂੰ ਇਕੱਠੇ ਕਰੂਗਾ ਇਸ ਕਰਕੇ ਕਿਉਂਕਿ ਮੇਰੇ ਮਨ ਦੇ ਵਿੱਚ ਇਮਾਨਦਾਰੀ ਸੀ ਮੈਂ ਕੋਈ ਪੈਸੇ ਕਮਾਉਣ ਦੇ ਲਈ ਅਮਰੀਕਾ ਛੱਡ ਕੇ ਇੱਥੇ ਨਹੀਂ ਸੀ ਆਇਆ ਮੈਂ ਤਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਮਰੀਕਾ ਵਰਗੇ ਜੀਵਨ ਜਾਂਚ ਸਿਖਾਉਣ ਦੇ ਮਨਸ਼ੇ ਦੇ ਨਾਲ ਇੱਥੇ ਇੰਡੀਆ ਆਇਆ ਸੀ ਮਨਜੀਤ ਜੀ ਤੁਸੀਂ ਇਹ ਗੱਲ ਕਲੀਅਰ ਕਰਤੀ ਆ ਸਪਸ਼ਟ ਕਰਤਾ ਕਿ ਤੁਸੀਂ ਮਮਤਾ ਬੈਨਰਜੀ ਨੂੰ ਕਿਉਂ ਚੁਣਿਆ ਤ੍ਰਿਣਮੂਲ ਕਾਂਗਰਸ ਨੂੰ ਤੁਸੀਂ ਕਿਉਂ ਚੁਣਿਆ ਜੀ ਪਰ ਜੇ ਗੱਲ ਕਰੀਏ ਬੇਵਾਕ ਹੋਣ ਦੀ ਬੇਵਾਕ ਹੋ ਕੇ ਬੋਲਣ ਦੀ ਵੀ ਬਹੁਤ ਜਾਣੀ ਕਿ ਅਸੀਂ ਲੋਕਾਂ ਦੇ ਉੱਪਰ ਪ੍ਰਭਾਵਸ਼ਾਲੀ ਜਿਹੜਾ ਕਿ ਭਾਸ਼ਣ ਦਿੰਦੇ ਹਾਂ ਗੱਲਾਂ ਕਰਦੇ ਹਾਂ ਉਹ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਲੀਡਰ ਹੈਗੇ ਹੁਣ ਵੀ ਜਿਹੜਾ ਤੁਸੀਂ ਕਾਂਗਰਸ ਦੇ ਵਿੱਚ ਵੀ ਦੇਖਿਆ ਹੋਏਗਾ ਕਿ ਉਹਦੇ 'ਚ ਨਵਜੋਤ ਸਿੱਧੂ ਨੂੰ ਵੀ ਬੇਵਾਕ ਬੜਾ ਮੰਨਿਆ ਜਾ ਰਿਹਾ ਇਸ ਟਾਈਮ ਜਿਹੜਾ ਕਿ ਜਾਂ ਹੋਰ ਵੀ ਜਿਹੜੇ ਇੱਥੇ ਦੇ ਲੀਡਰ ਨੇ ਹੁਣ ਉਹ ਆਪਣੇ ਆਪ ਨੂੰ ਬਹੁਤ ਕਹਿੰਦੇ ਨੇ ਨਵਜੋਤ ਸਿੱਧੂ ਦੀ ਜੇ ਤੁਸੀਂ ਗੱਲ ਕਰਦੇ ਹੋ ਨਵਜੋਤ ਸਿੱਧੂ ਅਤੇ ਮਮਤਾ ਬੈਨਰਜੀ ਨੂੰ ਕੰਪੇਅਰ ਹੀ ਨਹੀਂ ਕਰ ਸਕਦੇ
ਉਹ ਤਾਂ ਨਹੀਂ ਮੈਂ ਕੰਪੇਅਰ ਦੀ ਗੱਲ ਨਹੀਂ ਕਰ ਰਿਹਾ ਮੈਂ ਉਹੀ ਤੁਹਾਨੂੰ ਮੈਂ ਦੱਸਦਾ ਜਿਹੜੀ ਤੁਸੀਂ ਬੋਲਣ ਦੀ ਗੱਲ ਬੇ ਨਹੀਂ ਕੱਲੀ ਉਹ ਬੇਵਾਕ ਬੋਲਣ ਦੀ ਗੱਲ ਨਹੀਂ ਕਰਦਾ ਮੈਂ ਕੀਤੀ ਕੱਲੀ ਬੋਲਣ ਨੂੰ ਤਾਂ ਸਾਡੇ ਇੱਥੇ ਬਹੁਤ ਬੋਲਦੇ ਆ ਜਿਹੜਾ ਬੋਲਣ 'ਚ ਤਾਂ ਅਸੀਂ ਬਹੁਤ ਜ਼ਿਆਦਾ ਅੱਗੇ ਹਾਂ ਮੈਂ ਕਹਿਣੀ ਅਤੇ ਕਰਨੀ ਦੀ ਗੱਲ ਕੀਤੀ ਹੈ ਕਿ ਉਹ ਜੋ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ ਉਹ ਗਰੀਬਾਂ ਦੇ ਲਈ ਹਮਦਰਦ ਹੈ ਅਤੇ ਹਮਦਰਦ ਹੈ ਉਹ ਧਰਮ ਦੀ ਰਾਜਨੀਤੀ ਕਰਨ ਤੋਂ ਪਰੇ ਹੈ ਤਾਂ ਪਰੇ ਹੈ ਉਹਨੂੰ ਮੁਸਲਮਾਨਾਂ ਦੇ ਉੱਤੇ ਜੇ ਤੁਸੀਂ ਗੱਲ ਕਰੋ ਕਿ ਜੈ ਸ਼੍ਰੀ ਰਾਮ ਦਾ ਉੱਥੇ ਨਾਰਾ ਲਾਇਆ ਗਿਆ ਉਹਨੇ ਸਟੇਜ ਦੇ ਉੱਤੇ ਖੜ੍ਹੀ ਹੋ ਕੇ ਇੱਕ ਵਾਰੀ ਵੀ ਨਹੀਂ ਉਹਨੇ ਕਿਹਾ ਜੈ ਸ਼੍ਰੀ ਰਾਮ ਉਹਨੂੰ ਹਾਲਾਂਕਿ ਜੈ ਸ਼੍ਰੀ ਰਾਮਕਰਨ ਨੂੰ ਇੱਕ ਬਾਹਮਣਾਂ ਦੀ ਕੁੜੀ ਆ ਉਹਨੂੰ ਕੋਈ ਉਹਦੇ 'ਤੇ ਸੱਪ ਗਲ 'ਚ ਸੱਪ ਨਹੀਂ ਸੀ ਪੈਂਦਾ ਉਹਦੇ ਨਾਲ ਪਰ ਉਹਨੇ ਕਿਹਾ ਨਹੀਂ ਤੁਸੀਂ ਧੱਕੇ ਨਾਲ ਮੇਰੇ ਤੋਂ ਕਹਾ ਨਹੀਂ ਸਕਦੇ ਮੈਂ ਜੋੜਾ ਇਸ਼ਟ ਆ ਜਿਹੜਾ ਮੇਰੀ ਮਨ ਧਾਰਮਿਕ ਆਸਥਾ ਜਿਹੜੀ ਮੇਰੀ ਉਹ ਜਿੱਥੇ ਹੈਗੀ ਉੱਥੇ ਹੀ ਹੈ ਮੈਂ ਰਾਮਚੰਦਰ ਨੂੰ ਉਹਨੇ ਬੇਗਾਨਾ ਨਹੀਂ ਕੀਤਾ ਕਦੇ ਇਹ ਨਹੀਂ ਕਿ ਉਹ ਰਾਮਚੰਦਰ ਬ੍ਰਾਹਮਣਾਂ ਦੀ ਕੁੜੀ ਆ ਕਦੇ ਇੱਦਾਂ ਥੋੜ੍ਹਾ ਹੋ ਸਕਦਾ ਵੀ ਰਾਮਚੰਦਰ ਨੂੰ ਨਾ ਮੰਨਦੀ ਹੋਵੇ ਪਰ ਉਹ ਕਹਿੰਦੀ ਧੱਕੇ ਨਾਲ ਤੁਸੀਂ ਮਨਾ ਨਹੀਂ ਸਕਦੇ ਧੱਕੇ ਨਾਲ ਮੈਂ ਮੰਨਣਾ ਨਹੀਂ ਹੈ ਮੈਂ ਉਹਦੇ ਕਰੈਕਟਰ ਦੀ ਗੱਲ ਕਰਦਾ ਮੈਂ ਉਹਦੇ ਕਿਰਦਾਰ ਦੀ ਗੱਲ ਕਰਦਾ ਕਿ ਉਹ ਕਹਿਣੀ ਅਤੇ ਕਰਨੀ ਦੀ ਪੱਕੀ ਹੈ ਮਨਜੀਤ ਜੀ ਸਮਾਂ ਬੜਾ ਘੱਟ ਆ ਸਾਡੇ ਕੋਲ ਅਤੇ ਪਰ ਗੱਲਾਂ ਬਹੁਤ ਨੇ ਗੱਲ ਇੱਥੇ ਆ ਗਈ ਹੈ ਕਿ ਪੰਜਾਬ ਦੇ ਹਾਲਾਤ ਬੜੇ ਖਤਰਨਾਕ ਨੇ ਤੁਸੀਂ ਗੱਲ ਕੀਤੀ ਆ ਕਿ ਜਿਵੇਂ ਪਹਿਲਾਂ ਖਾੜਕੂਆ ਦੇ ਟਾਈਮ ਸੀਗੇ ਉਸੇ ਤਰ੍ਹਾਂ ਦੇ ਹਾਲਾਤ ਦੁਬਾਰਾ ਹੁਣ ਹੁੰਦੇ ਜਾ ਰਹੇ ਨੇ ਬਿਲਕੁਲ ਪਰ ਇਹਨਾਂ ਹਾਲਾਤਾਂ ਤੋਂ ਬਚਣ ਲਈ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਦੀ ਬੋਲੀ ਨੂੰ ਬਚਾਉਣ ਲਈ ਪੰਜਾਬ ਦੀ ਜਿਹੜੀ ਖੇਤਰੀ ਹੈ ਜਿਹੜੀ ਖੇਤੀ ਹੈ ਖੇਤੀ ਨੂੰ ਬਚਾਉਣ ਦੇ ਲਈ ਜਾਣੀ ਕਿ ਬਹੁਤ ਕੁਝ ਨੇ ਕਿਹੜੀਆਂ ਗੱਲਾਂ ਗਿਣਾਈਏ ਪੰਜਾਬ ਨੂੰ ਕਰਜ਼ੇ ਦੀ ਮਾਰ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਸਾਨੂੰ ਕਿਹੋ ਜਿਹੀ ਪਾਰਟੀ ਚਾਹੀਦੀ ਹੈ ਕਿਉਂਕਿ ਅਸੀਂ ਗੱਲ ਕਰੀਏ ਤ੍ਰਿਣਾਮੂਲ ਦੀ ਸ਼ਾਇਦ ਹਜੇ ਉਨੀ ਇੱਥੇ ਪਕੜ ਨਹੀਂ ਹੈਗੀ ਪੰਜਾਬ ਦੇ ਵਿੱਚ ਤਾਂ ਸੋ ਇਹਨੂੰ ਕਿਸ ਤਰ੍ਹਾਂ ਅੱਗੇ ਲਿਆਂਦਾ ਜਾ ਸਕਦਾ ਦੇਖੋ ਮੈਂ ਬਿਲਕੁਲ ਮੇਜਰ ਜੀ ਤੁਹਾਡੀ ਮੈਂ ਇਹ ਗੱਲ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਸ ਟਾਈਮ ਅੱਜ ਦੀ ਤਰੀਕ ਦੇ ਵਿੱਚ ਮਮਤਾ ਬੈਨਰਜੀ ਤੋਂ ਵੱਡਾ ਸੋਲਿਡ ਕੈਂਡੀਡੇਟ ਪੂਰੇ ਵਿਪਕਸ਼ ਦੇ ਕੋਲ ਨਹੀਂ ਹੈਗਾ ਜੇ RSS ਦਾ ਮੁਕਾਬਲਾ ਕਰਨਾ ਤਾਂ ਅੱਜ ਸੋਨੀਆ ਗਾਂਧੀ ਜੀ ਦੇ ਨਾਲ ਜਿਹੜੀ ਉਹਨਾਂ ਦੀ ਮੈਡਮ ਦੀ ਮੀਟਿੰਗ ਹੋਈ ਹੈ ਉਹਨਾਂ ਦੀ ਮਜਬੂਰੀ ਬਣ ਚੁੱਕਾ ਆ ਕਾਂਗਰਸ ਦੀ ਕਿਉਂਕਿ ਜੇ ਇਸ ਵਾਰ ਮਮਤਾ ਜੀ ਦੀ ਸਪੋਰਟ ਨਹੀਂ ਕਰਦੀ ਕਾਂਗਰਸ ਤਾਂ ਮੈਨੂੰ ਲੱਗਦਾ ਕਿ 2024 ਤੋਂ ਬਾਅਦ ਹੋ ਸਕਦਾ ਕਾਂਗਰਸ ਨਕਸ਼ੇ ਕਦਮ ਤੋਂ ਹੀ ਹਿੰਦੁਸਤਾਨ ਦੇ ਨਕਸ਼ੇ ਤੋਂ ਹੀ ਗਾਇਬ ਹੋ ਜਾਵੇ ਕਿਉਂਕਿ RSS ਅਤੇ ਮੋਦੀ ਜਿਹੜਾ ਕਾਂਗਰਸ ਮੁਕਤ ਭਾਰਤ ਕਰਨ ਦਾ ਸੁਪਨਾ ਲੈ ਕੇ ਅਤੇ ਆਈਡੀਆ ਲੈ ਕੇ ਤੁਰੇ ਹੋਏ ਨੇ ਉਹਦੇ 'ਤੇ ਕਾਮਯਾਬ ਨੇ ਕਿਉਂਕਿ ਕਾਂਗਰਸ ਦੇਖੋ ਬਹੁਤ ਵੱਡੀ ਪਾਰਟੀ ਆ ਕਾਂਗਰਸ ਉਹਦੇ 70 ਸਾਲਾਂ ਦੇ ਰਾਜਕਾਲ ਦੇ ਵਿੱਚ ਬਹੁਤ ਅਨਿਯਮੀਆਂ ਬੇਨਿਯਮੀਆਂ ਵੀ ਹੋਈਆਂ ਹੋਣਗੀਆਂ ਲੋਕਾਂ ਨੇ ਪੈਸੇ ਕਮਾਏ ਨੇ ਜਿਹੜੇ 70 ਸਾਲਾਂ ਦੇ ਵਿੱਚ ਰਾਜੇ ਬਣ ਗਏ ਨੇ ਜਿਹੜੇ ਕਾਂਗਰਸ ਦੇ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੇ ਕੁਝ ਪੈਸਾ ਕੋਈ ਇਮਾਨਦਾਰੀ ਨਾਲ ਤਾਂ ਕਮਾਇਆ ਨਹੀਂ ਹੋਊਗਾ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਲੱਭ ਕੇ ਉਹਨਾਂ ਗਲਤੀਆਂ ਨੂੰ ਲੱਭ ਕੇ ਉਹਨਾਂ ਦੇ ਉੱਤੇ ਝੂਠੇ ਪਰਚੇ ਪਾ ਕੇ ਉਹਨਾਂ ਲੋਕਾਂ ਨੂੰ ਦਬਾਇਆ ਜਾ ਰਿਹਾ ਆ ਉਹਨਾਂ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਭੇਜਣ ਦੇ ਡਰ ਦੇ ਨਾਲ ਉਹਨਾਂ ਨੂੰ BJP 'ਚ ਜੁਆਇਨ ਕਰਾਇਆ ਜਾ ਰਿਹਾ ਅਤੇ ਜਿਹੜੇ ਜ਼ਿਆਦਾ ਅਮੀਰ ਲੋਕ ਹੋ ਜਾਂਦਾ ਪੈਸਾ ਜ਼ਿਆਦਾ ਆ ਜਾਂਦਾ ਜਿਹਦੇ ਕੋਲ ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ ਇੱਧਰ ਕਾਂਗਰਸ ਨਾ ਸਹੀ BJP ਸਹੀ ਉਹ BJP 'ਚ ਵੜ ਜੂਗੇ ਉਸ ਕਰਕੇ ਕਾਂਗਰਸ ਦੇ ਕੋਲ ਹੁਣ ਕੋਈ ਸੈਕਿੰਡ ਆਪਸ਼ਨ ਨਹੀਂ ਹੈ ਆਪਣੀ ਪਾਰਟੀ ਨੂੰ ਬਚਾਉਣ ਲਈ ਆਪਣੀ ਪਾਰਟੀ ਦੀ ਹੋਂਦ ਨੂੰ ਬਚਾਉਣ ਲਈ ਉਹਨਾਂ ਨੇ ਮਮਤਾ ਬੈਨਰਜੀ ਨੂੰ ਆਪਣਾ ਲੀਡਰ ਕਬੂਲਣਾ ਪਊਗਾ ਜਿਹੜਾ ਅਲਾਇੰਸ ਬਣੂਗਾ UPA ਬਣੂਗਾ UPA ਦੇ ਵਿੱਚ ਉਹਨਾਂ ਨੂੰ ਇਹ ਮੈਡਮ ਮਮਤਾ ਬੈਨਰਜੀ ਦੀ ਪ੍ਰਧਾਨਗੀ ਮੈਡਮ ਮਮਤਾ ਬੈਨਰਜੀ ਨੂੰ ਆਪਣਾ ਆਗੂ ਮੰਨਣਾ ਕਾਂਗਰਸ ਵਾਲਿਆਂ ਦੀ ਮਜਬੂਰੀ ਹੋ ਜੂ ਪਰ ਉਹ ਤੋਂ ਬਾਅਦ ਪਰ ਜਿਹੜਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਦੋਂ ਪਹੁੰਚਦੇ ਹਾਂ ਜੀ ਜਿਵੇਂ ਅਸੀਂ ਹੁਣ ਗੱਲ ਕਰਦੇ ਹਾਂ ਕਿ ਜਿਵੇਂ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਜਿਹੜੇ ਅਕਾਲੀ ਦਲ ਬਾਦਲ ਪਰਿਵਾਰ ਆ ਜਾਂ ਫਿਰ ਢੀਂਡਸਾ ਪਰਿਵਾਰ ਜਾਂ ਕੋਈ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਇਸ ਗੱਲ ਨਾਲ ਗੱਲ ਕਰ ਰਹੇ ਨੇ ਕਹਿਣ ਦਾ ਮਤਲਬ ਵੀ ਉਹ ਕਿਤੇ ਨਾ ਕਿਤੇ ਜਾ ਕੇ BJP ਦੇ ਨਾਲ ਜੁੜਦੇ ਨੇ ਗੱਲਾਂ ਚਰਚਾ ਜਿਹੜੀਆਂ ਲੋਕਾਂ 'ਚ ਹੈਗੀ ਹੈ ਬਿਲਕੁਲ ਅਤੇ ਕੀ ਇਸੇ ਤਰ੍ਹਾਂ ਜਦੋਂ ਤ੍ਰਿਣਾਮੂਲ ਕਾਂਗਰਸ ਹੈਗੀ ਹੈ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਨਾਲ ਅਲਾਇੰਸ ਕਰਕੇ ਜੋੜ ਕਰਕੇ ਪੰਜਾਬ 'ਚ ਹੈਗੀ ਤਾਂ ਕੀ ਉਦੋਂ ਕਿੰਤੂ ਪਰੰਤੂ ਨਹੀਂ ਹੋਏਗਾ ਉਦੋਂ ਪੰਜਾਬ ਦੇ ਲੋਕ ਉਹਨੂੰ ਕਿੱਦਾਂ ਹਜ਼ਮ ਕਰਨਗੇ ਕਿਸ ਤਰ੍ਹਾਂ ਉਹਨੂੰ ਅਸੈਪਟ ਕਰਨਗੇ ਕਿਸ ਤਰ੍ਹਾਂ ਜਿਹੜੀ ਕਿ ਅਗਲੀ ਦੇਖੋ ਜੀ ਦੋ ਗੱਲਾਂ ਨੇ ਮੈਂ ਤੁਹਾਨੂੰ ਵੱਡੀ ਗੱਲ ਇੱਕ ਕਰਦਾ ਕਿ ਜੇ ਮੈਡਮ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਸਾਡੀ ਅਸੀਂ ਉਹਨਾਂ ਦੇ ਨਾਲ ਰਿਕੁਐਸਟ ਕਰਾਂਗੇ ਉਹਨਾਂ ਦੇ ਕੋਲ ਗੱਲ ਵੀ ਕਰਾਂਗੇ ਕਿ ਜੀ ਜਿਹੜਾ ਪੰਜਾਬ ਦੇ ਉੱਤੇ 3.25 ਲੱਖ ਕਰੋੜ ਦਾ ਕਰਜ਼ਾ ਜਿਹੜੇ ਉੱਤੇ ਜਿਹੜਾ ਹਰ ਸਾਲ ਹਰ ਮਹੀਨੇ ਸੂਈ ਜਾਂਦਾ ਉਹਦੇ 'ਤੇ ਵਿਆਜ ਜਿਹੜਾ ਉਹ ਵਿਆਜ ਦੇ ਉੱਤੇ ਵਿਆਜ ਲੱਗੀ ਜਾਂਦਾ
ਅਸੀਂ ਕੋਸ਼ਿਸ਼ ਕਰਕੇ ਇਹ ਸਭ ਤੋਂ ਪਹਿਲਾਂ ਵੱਡਾ ਕੰਮ ਇਹ ਕਰਾਂਗੇ, ਕੋਈ ਕਰਜ਼ਾ ਮਾਫ਼ ਕਰਾਵਾਂਗੇ। ਫਿਰ ਮੈਡਮ ਮਮਤਾ ਬੈਨਰਜੀ ਦੀ ਤੁਸੀਂ ਜੇ ਮੈਂ ਤੁਹਾਨੂੰ ਗੱਲ ਕਰਾਂ, ਪਿਛਲੇ 10 ਸਾਲਾਂ ਦੇ ਵਿੱਚ ਪੱਛਮੀ ਬੰਗਾਲ ਪੂਰੇ ਦੇਸ਼ ਦੀ ਇੱਕੋ ਇੱਕ ਸੂਬਾ ਹੈ ਜਿਸ ਸੂਬੇ ਦੇ ਵਿੱਚ ਕੋਈ ਵੀ ਫਾਰਮਰ ਨੇ ਸੁਸਾਈਡ ਨਹੀਂ ਕੀਤਾ ਅੱਜ ਤੱਕ। ਅਤੇ ਉਹ ਹਾਲਾਤ ਨੇ ਬਣਾਏ ਹੋਏ ਇਹੋ ਜਿਹੇ, ਉਦੋਂ ਫੈਸਿਲਿਟੀਜ਼ ਦੇ ਰਹੀਆਂ ਮੈਡਮ ਦਿੰਦੇ ਆ। ਹੁਣ ਸਟੂਡੈਂਟਸ ਬਾਰੇ ਗੱਲ ਕਰ ਲਈਏ ਤਾਂ ਮੈਡਮ ਮਮਤਾ ਬੈਨਰਜੀ ਨੇ ਜਿਹੜਾ ਆ ਪਿਛਲੇ ਹਫ਼ਤੇ 10 ਦਿਨ ਪਹਿਲਾਂ ਸਟੂਡੈਂਟਸ ਦੇ ਲਈ ਇੱਕ ਕਾਰਡ ਬਣਾ ਕੇ ਦਿੱਤਾ, ਜਿਹੜਾ ਲੋਨ ਕਾਰਡ ਹੈ ਵਿਦਾਊਟ ਇੰਟਰਸਟ 15 ਸਾਲ ਦੇ ਲਈ ਬੱਚਿਆਂ ਨੂੰ ਕਾਰਡ ਦਿੱਤਾ ਕਿ ਇਹ ਕਾਰਡ ਮਾਰ ਕੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰੋ। ਠੀਕ ਹੈ ਜੀ, ਬੱਚਿਆਂ ਦੇ ਸਿਰ ਦੇ ਉੱਤੇ ਪੜ੍ਹਾਈ ਦਾ ਬੋਝ ਖਤਮ ਹੋ ਗਿਆ, ਮਾਂ ਬਾਪ ਦੇ ਸਿਰ ਦੇ ਉੱਤੇ ਪੜ੍ਹਾਈ ਦਾ ਬੱਚਿਆਂ ਦੀ ਦਾ ਬੋਝ ਖਤਮ ਕਰ ਦਿੱਤਾ। ਉਹ ਬੱਚੇ ਨੇ ਸਿਰਫ 15 ਸਾਲ ਉਹ ਪਹਿਲਾਂ ਆਪਣੀ ਡਿਗਰੀ ਕਰੂਗਾ, ਡਿਗਰੀ ਕਰਨ ਤੋਂ ਬਾਅਦ ਉਹ ਨੌਕਰੀ ਕਰੂਗਾ, ਨੌਕਰੀ ਕਰਕੇ ਉਹ ਬਿਨਾਂ ਇੰਟਰਸਟ ਤੋਂ, ਉਹਦੇ 'ਤੇ ਕੋਈ ਇੰਟਰਸਟ ਨਹੀਂ ਲੱਗਣਾ ਜਿਹੜਾ ਪੈਸਾ ਦੇਣਾ ਹੈ ਉਹਨੇ ਖਰਚਣਾ। ਅਤੇ ਉਹ ਜੇ ਇੱਦਾਂ ਦੀਆਂ ਸਕੀਮਾਂ ਇਹੋ ਜਿਹੀਆਂ ਪੋਲਸੀਆਂ ਪੰਜਾਬ ਦੇ ਵਿੱਚ ਲਿਆਈਆਂ ਜਾਣ ਤਾਂ ਪੰਜਾਬ ਦੇ ਲੋਕ ਖੁਸ਼ ਹੋਣਗੇ, ਪੰਜਾਬ ਦੇ ਲੋਕ ਖੁਸ਼ਹਾਲ ਹੋ ਸਕਣਗੇ। ਪਰ ਦੂਜੇ ਪਾਸੇ ਜੇ ਦੇਖੀਏ ਤਾਂ ਇਸ ਟਾਈਮ ਜਿਹੜੀ ਆ ਕੈਪਟਨ ਸਰਕਾਰ ਨੇ, ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਜਿਹੜੇ ਆ ਕਿ ਸਮਾਰਟਫੋਨ ਦਿੱਤੇ ਗਏ ਨੇ, ਉਹ ਵੀ ਕਿਤੇ ਮੇਰਾ ਖਿਆਲ ਆ ਵੀ ਉਹ ਜੇਕਰ ਖਾਲੀ ਕੈਪਟਨ ਸਾਹਿਬ ਦੇ ਬਿਆਨ ਨਾ ਪੜ੍ਹੇ ਜਾਣ ਜ਼ਮੀਨੀ ਗਰਾਊਂਡ ਦੇ ਉੱਤੇ, ਤੁਸੀਂ ਤਾਂ ਲੋਕਾਂ 'ਚ ਵਿਚਰਨ ਵਾਲੇ ਅਸਲੀ ਰਿਪੋਰਟ ਪੇਸ਼ ਕਰਨ ਵਾਲੇ ਤਾਂ ਤੁਸੀਂ ਪੱਤਰਕਾਰ ਲੋਕ ਹੋ, ਤੁਸੀਂ ਜਾ ਕੇ ਪਤਾ ਕਰਕੇ ਮੈਨੂੰ ਵੀ ਮਾੜਾ ਜਿਹਾ ਰਿਪੋਰਟ ਕਰਕੇ ਦੱਸਿਓ ਵੀ ਕਿੰਨੇ ਕੁ ਬੱਚਿਆਂ ਨੂੰ ਉਹ ਸਮਾਰਟ ਕਾਰਡ ਮਿਲੇ ਨੇ। ਕਿਉਂਕਿ ਮੈਂ ਤਾਂ ਜੋ ਕੈਪਟਨ ਸਾਹਿਬ ਦੀ ਉਹ ਸਟੇਟਮੈਂਟ ਸੁਣਦਾ ਰਿਹਾ ਉਹ ਇਹੀ ਕਿ ਜੀ ਚੀਨ ਬੰਦ, ਚੀਨ ਨਾਲ ਸਾਡਾ ਵਪਾਰਕ ਦਾ ਖਤਮ ਹੋ ਗਿਆ ਜੀ, ਉਹਦੇ ਕਰਕੇ ਜਿਹੜੇ ਅਸੀਂ ਫੋਨ ਆਰਡਰ ਕੀਤੇ ਸੀ ਚੀਨ 'ਚ ਫਸੇ ਰਹਿ ਗਏ, ਆ ਕਰੋਨਾ ਹੋ ਗਿਆ ਜੀ। ਉਹ ਮਤਲਬ ਇੱਦਾਂ ਦੀਆਂ ਗੱਲਾਂ ਕਰਦੇ ਨੇ ਕੈਪਟਨ ਸਾਹਿਬ, ਲੋਕਾਂ ਨੂੰ ਸਬਜ਼ ਬਾਗ ਦਿਖਾਉਣਾ ਚਾਹੁੰਦੇ ਨੇ। ਉਹ ਇੱਦਾਂ ਕੁਛ ਨਹੀਂ ਹੁੰਦਾ, ਐਡੇ ਐਡੇ ਵੱਡੇ ਬੋਰਡ ਲਾਉਣ ਦੀ ਲੋੜ ਨਹੀਂ ਪੈਂਦੀ, ਜਿੱਡੇ ਵੱਡੇ ਬੋਰਡ ਕੈਪਟਨ ਸਾਹਿਬ ਲਾ ਕੇ ਦੱਸ ਰਹੇ ਨੇ ਇੰਨੇ ਸਕੂਲਾਂ ਨੂੰ ਮੈਂ ਆਹ ਕਰਤਾ ਜੀ। ਹੁਣ ਤਾਂ ਕੈਪਟਨ ਸਾਹਿਬ ਅੱਜ ਕੱਲ੍ਹ ਤਾਂ ਇਹ ਵੀ ਮੈਨੂੰ ਲੱਗਦਾ ਨੈਕਸਟ ਕੁਝ ਦਿਨਾਂ ਦੇ ਵਿੱਚ ਇਹ ਵੀ ਲੱਗ ਜੂਗਾ ਵੀ ਮੈਂ ਜੀ ਇੰਨੇ ਸਕੂਲਾਂ 'ਚ ਜਾ ਕੇ ਪਾਣੀ ਪੀ ਕੇ ਆਇਆ ਅਤੇ ਬੱਚਿਆਂ ਨੂੰ ਪਾਣੀ ਪਿਲਾ ਕੇ ਆਇਆ। ਉਹ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਲਿਖ ਲਿਖ ਕੇ ਦੱਸ ਰਹੇ ਨੇ ਲੋਕਾਂ ਨੂੰ। ਜੇ ਕੈਪਟਨ ਸਾਹਿਬ ਨੇ ਕੰਮ ਕੀਤਾ ਹੁੰਦਾ ਪੰਜਾਬ ਦੇ ਵਿੱਚ ਤਾਂ ਕਾਂਗਰਸ ਹੀ ਆ ਪੱਟ ਉਤਾੜਨਾ ਹੁੰਦੀ, ਕਾਂਗਰਸ ਦੀ ਆਪਸੀ ਪੱਟ ਉਤਾੜਦਾ ਕਾਰਨ ਹੀ ਮੇਨ ਇਹ ਹੈ ਕਿ ਕੈਪਟਨ ਸਾਹਿਬ ਨੇ ਪੂਰੇ 4.5 ਸਾਲ ਨਾ ਕਿਸੇ ਮੰਤਰੀ ਨੂੰ ਮਿਲੇ ਨੇ, ਨਾ ਕਿਸੇ MLA ਨੂੰ ਮਿਲੇ ਨੇ, ਨਾ ਕਿਸੇ ਪਬਲਿਕ ਨੂੰ ਮਿਲੇ ਨੇ। ਉਹ ਤਾਂ ਸਿਰਫ ਆਪਣੇ ਮਹਿਲਾਂ ਦੇ ਵਿੱਚ ਸੁਖਮਈ ਜੀਵਨ ਬਲਾਸ ਕਰ ਰਹੇ ਨੇ। ਯਾਨੀ ਕਿ ਮਨਜੀਤ ਸਿੰਘ ਜੀ ਤੁਹਾਡੀ ਗੱਲ ਇੱਥੇ ਆ ਕੇ ਪੂਰੀ ਹੁੰਦੀ ਹੈ ਕਿ ਪੰਜਾਬ ਨੂੰ ਇੱਕ ਵਧੀਆ ਆਗੂ ਦੀ, ਵਧੀਆ ਲੀਡਰ ਦੀ, ਵਧੀਆ ਜਿਹੜਾ ਕਿ ਆਪਾਂ ਮੁੱਖ ਮੰਤਰੀ ਕਹਿ ਲਈਏ, ਜਿਹੜਾ ਮਾਈ ਬਾਪ ਹੁੰਦਾ ਹੈ ਸੂਬੇ ਦਾ, ਵੀ ਉਹਦੀ ਲੋੜ ਹੈਗੀ ਹੈ। ਅਤੇ ਉਹਦੇ ਨਾਲ ਲੋਕਾਂ ਨੂੰ ਕਿਸ ਤਰ੍ਹਾਂ ਸੋਚਣਾ ਚਾਹੀਦਾ, ਲੋਕਾਂ ਦੇ ਦਿਮਾਗ 'ਚ ਕਿੱਦਾਂ ਗੱਲ ਬਣਦੀ, ਆਪਾਂ ਇੱਧਰ ਕਰਕੇ ਇਸ ਤੋਂ ਬਾਅਦ ਜਿਹੜੀ ਆ ਕੇ ਅਗਲੀ ਗੱਲ 'ਤੇ ਸਮਾਪਤੀ ਕਰਨੀ ਹੈ, ਇਹ ਦੱਸੋ। ਦੇਖੋ ਜੀ, ਮੈਂ ਪੰਜਾਬ ਦੀ ਇਸ ਟਾਈਮ ਤੁਹਾਨੂੰ ਮੈਂ ਇੱਕ ਜੇ ਸਾਰਾ ਜਿਹੜਾ ਦਾਰੋ ਮਦਾਰ ਹੈ ਨਾ ਜੀ ਪੰਜਾਬ ਇਲੈਕਸ਼ਨ ਦਾ 2022 ਦਾ, ਉਹ ਸਾਰੇ ਦਾ ਸਾਰਾ ਕਿਸਾਨੀ ਸੰਘਰਸ਼ ਦੇ ਉੱਤੇ ਨਿਗਾਹ ਬਿਠਾਈ ਟਿਕਾਈ ਬੈਠਾ ਹੈ। ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਅੱਜ ਅਕਾਲੀ ਦਲ ਦੇ ਵੀ ਖਿਲਾਫ਼ ਆ, ਪੰਜਾਬ ਦਾ ਕਿਸਾਨ ਕਾਂਗਰਸ ਤੋਂ ਵੀ ਦੁਖੀ ਹੈ, ਪੰਜਾਬ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਤੋਂ ਵੀ ਦੁਖੀ ਹੈ। ਅਤੇ ਪੰਜਾਬ ਦਾ ਉਹੀ ਕਿਸਾਨ ਕਲਕੱਤੇ ਦੇ ਵਿੱਚ ਜਾ ਕੇ ਭਾਜਪਾ ਦੇ ਵਿਰੋਧ ਦੇ ਵਿੱਚ ਪ੍ਰਚਾਰ ਕਰਨ ਜਾਂਦਾ ਅਤੇ ਉੱਥੇ ਮਮਤਾ ਬੈਨਰਜੀ ਦੀ ਸਰਕਾਰ ਬਣਾ ਕੇ ਆਉਂਦਾ, ਮਮਤਾ ਬੈਨਰਜੀ ਦੇ ਕੋਲ ਕਿਸਾਨ ਜਾਂਦਾ ਕਿ ਮੈਡਮ ਸਾਡੀ ਮਦਦ ਕਰੋ, ਅਤੇ ਮੈਡਮ ਉੱਥੋਂ ਸਪੈਸ਼ਲ 3 ਦਿਨ ਦਾ ਪ੍ਰੋਗਰਾਮ ਲੈ ਕੇ ਦਿੱਲੀ ਆਏ ਨੇ। ਜਿਹੜਾ ਸੰਯੁਕਤ ਮੋਰਚਾ ਕਿਸਾਨ ਸੰਯੁਕਤ ਮੋਰਚੇ ਦੇ ਜਿਹੜੇ ਇਸ ਟਾਈਮ ਆਗੂ ਨੇ ਰਕੇਸ਼ ਟਕੈਤ ਜੀ ਮੈਡਮ ਨੂੰ ਮਿਲ ਕੇ ਆਏ ਨੇ, ਅਤੇ ਮੈਡਮ ਦੇ ਨਾਲ ਮੇਰਾ ਖਿਆਲ ਸ਼ਾਇਦ ਅੱਜ ਉਹਨਾਂ ਦੀ ਹੋਈ ਹੈ ਮੀਟਿੰਗ ਮੇਰਾ ਖਿਆਲ ਕਿਸਾਨਾਂ ਦੇ ਨਾਲ। ਅਤੇ ਪੰਜਾਬ ਦਾ ਕਿਸਾਨ ਵੀ ਉਸੇ ਉਹਦੇ 'ਤੇ ਟਿਕਿਆ ਹੋਇਆ, ਅਤੇ ਉਹ ਸਾਰਾ ਕਿਸਾਨ ਮੇਰੇ ਕੋਲ ਹਰ ਰੋਜ਼ ਤਕਰੀਬਨ 5-7 ਜਥੇਬੰਦੀਆਂ ਵਾਲੇ ਮੇਰੇ ਸੰਪਰਕ ਦੇ ਵਿੱਚ ਨੇ, ਜਿਹੜੇ ਕਹਿ ਰਹੇ ਨੇ ਜੀ ਕਿ ਮੈਡਮ ਮਮਤਾ ਬੈਨਰਜੀ ਨੂੰ ਪੰਜਾਬ ਲਿਆਓ, ਜਿਹਦੇ ਕਰਕੇ ਮੈਡਮ ਨੇ ਆ ਪਿਛਲੇ ਹਫ਼ਤੇ ਉੱਥੇ ਕਲਕੱਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਪੱਤਰਕਾਰਾਂ ਨੂੰ ਕਿ ਮੈਂ ਅਗਸਤ ਦੇ ਪਹਿਲੇ ਹਫ਼ਤੇ ਜਾਂ ਦੂਜੇ ਹਫ਼ਤੇ ਦੇ ਵਿੱਚ ਮੈਂ ਪੰਜਾਬ ਜਾ ਰਹੀ ਹਾਂ, ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਦੱਸਣ ਜਾ ਰਹੀ ਹਾਂ ਕਿ ਮੈਂ ਉਹਨਾਂ ਦੇ ਨਾਲ ਹਾਂ। ਅਤੇ ਜੇ ਮੈਡਮ, ਜੇ ਪੰਜਾਬ ਦਾ ਕਿਸਾਨ ਇਹ ਭਾਲਦਾ, ਪੰਜਾਬ ਦਾ ਕਿਸਾਨ ਇਹ ਇੱਛਾ ਕਰਦਾ ਕਿ ਮੈਡਮ ਮਮਤਾ ਬੈਨਰਜੀ ਪੰਜਾਬ ਦੇ ਵਿੱਚ ਆਵੇ ਅਤੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਮੈਨੂੰ ਲੱਗਦਾ ਕਿ TMC ਦੀ ਬਣੇਗੀ ਜਾਂ TMC ਦੀ ਮਦਦ ਤੋਂ ਬਿਨਾਂ ਕਿਸੇ ਦੀ ਸਰਕਾਰ ਨਹੀਂ ਬਣੇਗੀ। ਕਿਉਂਕਿ ਜੇ ਪੰਜਾਬ ਦਾ ਕਿਸਾਨ ਤ੍ਰਿਣਮੂਲ ਕਾਂਗਰਸ ਦੇ ਨਾਲ ਜੁੜਦਾ, ਮਮਤਾ ਬੈਨਰਜੀ ਦੇ ਨਾਲ ਜੁੜਦਾ, ਤਾਂ 101% ਜਿਹੜਾ ਆਉਣ ਵਾਲੇ ਸਰਵੇ ਹੋਣਗੇ ਜਾਂ ਆਉਣ ਵਾਲੇ ਜਿਹੜਾ ਇਹਦੇ ਰਿਜ਼ਲਟ ਹੋਣਗੇ ਉਹ ਕਿਸਾਨਾਂ ਅਤੇ ਤ੍ਰਿਣਮੂਲ ਦੇ
सहयोग के नाल सरकार बनेगी, अदरवाइज किसी की सरकार नहीं बनेगी। बहुत बहुत धन्यवाद मनजीत सिंह जी कि तुम सू जो बहुत वधिया गल्लां बातें जिहड़ियां तुसीं कीतियां जो पंजाब के हालात ने उन्हां बारे दा भी जिक्र किया, तो आने वाली चोणां जिहड़ियां 2022 च ने जी उन्हां दा जिक्र भी किया, तो तुसीं उत्थे दस्सिया कि पंजाब नूं इक चंगे आगू की लोड़ है। सो असी आप जी का भी धन्यवाद करते हैं, तो आवाज़ कौम टी वी देख रहे सारे दर्शकों का भी धन्यवाद करते हैं जिन्होंने सानू अपना कीमती समा दिता। तो सो असी जल्दी ही नवा कोई प्रोग्राम इस तरह पंजाब के हालातों से जिहड़ा कि लैके आवेंगे जल्दी ही। सो तद तक मैं आप जी तो इजाजत चाहवागा। वाहेगुरू जी, वाहेगुरू जी का खालसा, वाहेगुरू जी की फतेह।